हेलो एवरीवन सो आज ਅਸੀਂ ਲਰਨ ਕਰਾਂਗੇ HTML ਫਰੋਮ ਬੇਸਿਕ ਟੂ ਐਡਵਾਂਸ ਲੈਵਲ ਸੋ ਇਹ ਵੀਡੀਓ ਉਹਨਾਂ ਸਟੂਡੈਂਟਸ ਲਈ ਹੈਗੀ ਹੈ ਜੋ ਸਟੂਡੈਂਟਸ ਪ੍ਰੋਗਰਾਮਿੰਗ ਲਰਨ ਕਰਨਾ ਚਾਹੁੰਦੇ ਆ ਬਟ ਉਹਨਾਂ ਨੂੰ ਪ੍ਰੋਗਰਾਮਿੰਗ ਦੇ ਬਾਰੇ ਕੁਝ ਨਹੀਂ ਪਤਾ ਕੁਝ ਆਈਡੀਆ ਨਹੀਂ ਕਿ ਪ੍ਰੋਗਰਾਮਿੰਗ ਦੇ ਵਿੱਚ ਕੀ ਹੁੰਦਾ ਸੋ ਇਸ ਵੀਡੀਓ ਨੂੰ ਦੇਖ ਕੇ ਆਪਣਾ ਜਿਹੜਾ ਕੌਨਫੀਡੈਂਸ ਲੈਵਲ ਹੈ ਉਹਨੂੰ ਅਪ ਕਰ ਸਕਦੇ ਆ ਸੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਫਰਸਟਲੀ ਦੱਸੂਗੀ ਕਿ ਵਾਟ ਇਜ਼ HTML ਹੈ ਕਿ ਯਾਅਰ ਇੰਪੋਰਟੈਂਸ ਆਫ HTML ਕਿ HTML ਦੀ ਇੰਪੋਰਟੈਂਸ ਕੀ ਹੈ ਸੋ ਨਾਲ ਨਾਲ ਮੈਂ ਤਾਂ ਨਹੀਂ ਇੱਥੇ ਲਿਖ ਦਿੰਦੀ ਆ ਇੰਪੋਰਟੈਂਸ ਆਫ HTML ਕਿ ਆਪਾਂ ਇਹ ਵਾਲੀ ਚੀਜ਼ ਲਰਨ ਕਰਾਂਗੇ ਇਹਦੇ ਵਿੱਚ ਥੈਨ ਮੈਂ ਤੁਹਾਨੂੰ ਦੱਸੂਗੀ ਕਿ ਤੁਸੀਂ HTML ਯੂਜ਼ ਕਰਕੇ ਕਿਸ ਤਰ੍ਹਾਂ ਜਿਹੜੇ ਵੈਬ ਪੇਜੀਸ ਆ ਕ੍ਰੀਏਟ ਕਰ ਸਕਦੇ ਆ ਹਾਊ ਟੂ ਕ੍ਰੀਏਟ ਅ ਵੈਬ ਪੇਜ ਕਿਸ ਤਰ੍ਹਾਂ ਤੁਸੀਂ ਜਿਹੜਾ ਵੈਬ ਪੇਜ ਆ ਉਹਨੂੰ ਕ੍ਰੀਏਟ ਕਰ ਸਕਦੇ ਆ ਔਰ ਨਾਲ ਹੀ ਮੈਂ ਤੁਹਾਨੂੰ ਇਹਦੇ ਵਿੱਚ ਦੱਸੂਗੀ ਸੋਲੂਸ਼ਨਸ ਸੋਲੂਸ਼ਨਸ ਮੀਨਸ ਕਿ ਕਿਸ ਤਰ੍ਹਾਂ ਸਾਨੂੰ ਜਿੱਦਾਂ ਆਪਾਂ ਕੋਡ ਕਰਦੇ ਆ ਐਚਟੀਐਮਐਲ ਨੂੰ ਰਾਈਟ ਕਰਦੇ ਆ ਸੋ ਐਚਟੀਐਮਐਲ ਨੂੰ ਰਾਈਟ ਕਰਨ ਟਾਈਮ ਮੀਨਸ ਕਿ ਕੋਡਿੰਗ ਕਰਨ ਟਾਈਮ ਸਾਨੂੰ ਬਹੁਤ ਸਾਰੇ ਐਰਰਸ ਆਉਂਦੇ ਆ ਜਿੱਦਾਂ ਕਿ ਫੋਰ ਐਗਜ਼ਾਮਪਲ ਕੋਈ ਸਿੰਟੈਕਸ ਐਰਰ ਹੋ ਸਕਦਾ ਆਪਾਂ ਇਮੇਜ ਲਗਾਈ ਇਮੇਜ ਨਹੀਂ ਸਾਡੀ ਸ਼ੋ ਹੋ ਰਹੀ ਉਹ ਕਿਉਂ ਨਹੀਂ ਸ਼ੋ ਹੋ ਰਹੀ ਉਹਦੇ ਕੀ ਕੀ ਰੀਜਨਸ ਹੈਗੇ ਆ ਸਾਰੇ ਇਹਦੇ ਵਿੱਚ ਮੈਂ ਤੁਹਾਨੂੰ ਸੋਲੂਸ਼ਨਸ ਦੱਸੂਗੀ ਕਿਸ ਤਰ੍ਹਾਂ ਤੁਸੀਂ ਕੋਈ ਵੀ ਤੁਹਾਨੂੰ ਜਿਸ ਟਾਈਮ ਕੋਈ ਪ੍ਰੋਬਲਮ ਆਉਂਦੀ ਆ ਉਹਨੂੰ ਤੁਸੀਂ ਕਿਸ ਤਰ੍ਹਾਂ ਸੋਲਵ ਕਰ ਸਕਦੇ ਆ ਲਾਸਟ ਦੇ ਵਿੱਚ ਮੈਂ ਤੁਹਾਨੂੰ ਨਾਲ ਹੀ ਇੱਕ ਪੋਰਟਫੋਲੀਓ ਜਿਹੜਾ ਕਿ ਪੇਜ ਮੈਂ ਕ੍ਰੀਏਟ ਕਰੂੰਗੀ ਉਹ ਲਾਸਟ ਦੇ ਵਿੱਚ ਦਿਖਾਉਂਗੀ ਕਿ ਕਿਸ ਤਰ੍ਹਾਂ ਤੁਸੀਂ ਕੋਈ ਵੀ ਜਿਹੜਾ ਵੈਬ ਪੇਜ ਆ ਉਹਨੂੰ ਕ੍ਰੀਏਟ ਕਰ ਸਕਦੇ ਆ ਸੋ ਨੈਕਸਟ ਹੁਣ ਆਪਾਂ ਸਟਾਰਟ ਕਰਾਂਗੇ ਸੋ ਸਟਾਰਟ ਕਰਨ ਦੇ ਲਈ ਸਾਨੂੰ ਫਸਟਲੀ 2 ਥਿੰਗਸ ਦੀ ਨੀਡ ਹੈਗੀ ਐ ਸੋ ਫਸਟ ਥਿੰਗ ਜਿਹੜੀ ਕਿ ਹੈਗੀ ਲੈਪਟਾਪ ਕਿ ਸਾਡੇ ਕੋਲ ਲੈਪਟਾਪ ਹੋਣਾ ਚਾਹੀਦਾ ਔਰ ਸੈਕਿੰਡ ਚੀਜ਼ ਹੈਗੀ ਆ ਲੋਟ ਆਫ ਐਕਸਾਈਟਮੈਂਟ ਕਿ ਸਾਨੂੰ ਬਹੁਤ ਸਾਰੀ ਐਕਸਾਈਟਮੈਂਟ ਚਾਹੀਦੀ ਐ ਇਸ ਚੀਜ਼ ਨੂੰ ਲਰਨ ਕਰਨ ਦੇ ਲਈ ਕਿਉਂਕਿ ਵੈਸੇ ਵੀ ਜੇ ਤੁਹਾਨੂੰ ਸਾਨੂੰ ਐਕਸਾਈਟਮੈਂਟ ਹੁੰਦੀ ਐ ਸੋ ਦੈਨ ਆਪਾਂ ਜਿਹੜੀਆਂ ਚੀਜ਼ਾਂ ਆ ਉਹਨੂੰ इजीली ਗ੍ਰੈਬ ਕਰ ਲੈਂਦੇ ਆ ਸੋ ਹੁਣ ਕੀ ਆਪਾਂ ਸਟਾਰਟ ਕਰਾਂਗੇ ਇਹਨੂੰ ਸੋ ਫਸਟਲੀ ਕੀ ਐ ਜਦੋਂ ਆਪਾਂ ਕੋਡ ਨੂੰ ਸਟਾਰਟ ਕਰਨਾ ਸੋ ਸਾਨੂੰ ਕੀ ਆ ਕੋਡ ਐਡੀਟਰਸ ਦੀ ਨੀਡ ਹੁੰਦੀ ਹੈ ਮੀਨਸ ਕਿ ਜਿਹਦੇ ਵਿੱਚ ਆਪਾਂ ਕੋਡ ਨੂੰ ਰਾਈਟ ਕਰਨਾ ਹੈ ਸੋ ਉਹਦੇ ਲਈ ਸਾਡੇ ਕੋਲ ਕੁਝ ਐਡੀਟਰਸ ਹੈਗੇ ਆ ਜਿੱਦਾਂ ਕਿ ਐਡੀਟਰਸ ਹੋ ਗਏ ਸੋ ਇੱਥੇ ਮੈਂ ਤੁਹਾਨੂੰ ਨਾਮ-ਨਾਮ ਲਿਖ ਦਿੰਦੀ ਆ ਐਡੀਟਰਸ ਜਿੱਦਾਂ ਕਿ ਫਰਸਟ ਐਡੀਟਰ ਦੀ ਅਗਰ ਅਸੀਂ ਗੱਲ ਕਰੀਏ ਤਾਂ ਨੋਟਪੈਡ ਹੋ ਗਿਆ ਸਾਡੇ ਕੋਲ ਸੈਕਿੰਡ ਆਪਾਂ ਯੂਜ਼ ਕਰ ਸਕਦੇ ਆ ਨੋਟਪੈਡ ਪਲੱਸ ਪਲੱਸ ਅਲੱਗ ਦੇ ਵਿੱਚ ਤੁਸੀਂ ਯੂਜ਼ ਕਰ ਸਕਦੇ ਆ ਵਿਜ਼ੂਅਲ ਸਟੂਡੀਓ ਕੋਡ ਔਰ ਇਦਾਂ ਦੇ ਹੋਰ ਵੀ ਬਹੁਤ ਸਾਰੇ ਐਡੀਟਰਸ ਹੈਗੇ ਜਿਨ੍ਹਾਂ ਨੂੰ ਤੁਸੀਂ ਯੂਜ਼ ਕਰ ਸਕਦੇ ਆ ਸੋ ਫਸਟਲੀ ਮੈਂ ਤੁਹਾਨੂੰ ਕਹਿਣਾ ਚਾਹੂੰਗੀ ਜਿੱਦਾਂ ਕਿ ਐਜ਼ ਅ ਬਿਗਨਰ ਤੇ ਲੈਵਲ ਤੇ ਸਟਾਰਟ ਹੋ ਰਿਹਾ ਸੋ ਅਗਰ ਤੁਸੀਂ ਬਿਗਨਰ ਲੈਵਲ ਤੇ ਹੋ ਤਾਂ ਤੁਸੀਂ ਕਿਹਾ ਨੋਟਪੈਡ ਯੂਜ਼ ਕਰ ਸਕਦੇ ਆ ਜਾਂ ਫਿਰ ਨੋਟਪੈਡ ਪਲੱਸ ਪਲੱਸ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਸਾਰਾ ਹੀ ਸਾਨੂੰ ਕੋਡ ਜਿਹੜਾ ਕਿ ਆ ਖੁਦ ਹੀ ਟਾਈਪ ਕਰਨਾ ਪੈਂਦਾ ਔਰ ਜਿੱਦਾਂ ਤੁਸੀਂ ਖੁਦ ਟਾਈਪ ਕਰਦੇ ਹੋ ਸਟਾਰਟਿੰਗ ਦੇ ਵਿੱਚ ਸੋ ਉਹਦੇ ਵਿੱਚ ਕੀ ਹੁੰਦੀ ਜਿਹੜੇ ਸਿੰਟੈਕਸ ਹੁੰਦੇ ਸਾਡੇ ਮਾਈਂਡ ਦੇ ਵਿੱਚ ਬੈਠ ਜਾਂਦੇ ਆ ਔਰ ਨੈਕਸਟ ਟਾਈਮ ਕੋਡ ਕਰਦੇ ਟਾਈਮ ਜਦੋਂ ਸਾਨੂੰ ਕੋਈ ਸਿੰਟੈਕਸ 에ਰਰ ਆਂਦਾ ਸੋ ਸਾਨੂੰ ਈਜ਼ੀ ਹੋ ਜਾਂਦਾ ਉਸ 에ਰਰ ਨੂੰ ਫਾਈਂਡ ਕਰਨਾ ਬਟ ਇਸ ਵੀਡੀਓ ਦੇ ਆ ਸੋ ਵਿਜ਼ਲ ਸਟੂਡੀਓ ਕੋਡ ਵੀ ਜਿਹੜਾ ਕਿ ਐਡੀਟਰ ਇਹਦੇ ਵਿੱਚ ਬਹੁਤ ਸਾਰੀਆਂ ਫੀਚਰਸ ਹੈਗੀਆਂ ਐਡਵਾਂਸ ਲੈਵਲ ਦੀਆਂ ਜਿੱਦਾਂ ਕਿ ਕਹਿ ਲਓ ਸਾਡਾ ਬਹੁਤ ਸਾਰਾ ਜਿਹੜਾ ਟਾਈਮ ਹੈ ਉਹ ਸੇਵ ਹੋ ਜਾਂਦਾ ਆ ਸ਼ਾਰਟਕੱਟਸ ਮਿਲ ਜਾਂਦੀਆਂ ਸਾਡਾ ਜਿਹੜਾ ਕੋਡ ਆਟੋ ਕੰਪਲੀਟ ਹੋ ਜਾਂਦਾ ਆ ਔਰ ਹੋਰ ਵੀ ਬਹੁਤ ਸਾਰੀਆਂ ਹੈਗਾ ਜਿੰਨੂ ਕਿ ਮੈਂ ਤੁਹਾਨੂੰ ਨਾਲ-ਨਾਲ ਦੱਸੂਗੀ ਕਿ ਇਸ ਤਰ੍ਹਾਂ ਤੁਸੀਂ ਇਹਦੀਆਂ ਫੀਚਰਸ ਨੂੰ ਯੂਜ਼ ਕਰ ਸਕਦੇ ਆ ਤੁਸੀਂ ਵੀ ਕੋਈ ਵੀ ਐਡੀਟਰ ਜਿੱਦਾਂ ਕਿ ਨੋਟਪੈਡ ਪਲੱਸ ਪਲੱਸ ਜਾਂ ਫਿਰ ਵਿਜ਼ਲ ਸਟੂਡੀਓ ਕੋਡ ਆ ਉਹਨੂੰ ਕਿਸ ਤਰ੍ਹਾਂ ਇੰਸਟਾਲ ਕਰ ਸਕਦੇ ਆ ਸੋ ਮੈਂ ਉਹ ਤੁਹਾਨੂੰ ਫਰਸਟਲੀ ਦੱਸ ਦਿੰਦੀ ਆ ਸੋ ਅਗਰ ਤੁਸੀਂ ਵਿਜ਼ਲ ਸਟ ਸਟੂਡੀਓ ਕੋਡ ਐਡੀਟਰ ਡਾਊਨਲੋਡ ਜਿੱਦੇ ਤੁਸੀਂ ਉਹਦੇ ਤੇ ਕਲਿੱਕ ਕਰੋਗੇ ਦੈਨ ਸਾਨੂੰ ਇੱਥੇ ਇੱਕ ਲਿੰਕ ਓਪਨ ਹੋ ਜਾਣੇ ਆ ਨੀਚੇ ਸੋ ਜਿੱਦਾਂ ਤੁਹਾਨੂੰ ਦੇ ਸਕਦੇ ਜਿਹੜਾ ਫਰਸਟ ਆ ਸਾਨੂੰ ਲਿੰਕ ਆਪਨ ਹੋ ਗਿਆ ਜਿੱਦੇ ਤੁਸੀਂ ਇੱਥੇ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਸਾਨੂੰ ਇੱਥੇ ਆਪਸ਼ਨਸ ਆ ਜਾਂਦੀਆਂ ਜਿੱਦਾਂ ਇੱਥੇ ਲਿਖਿਆ ਹੈ ਵਿੰਡੋਜ਼ ਅਗਰ ਤੁਸੀਂ ਵਿੰਡੋਜ਼ ਯੂਜ਼ ਕਰ ਰਹੇ ਹੋ ਆ 8 10 11 देन ਤੁਸੀਂ ਇੱਥੇ ਕਲਿੱਕ ਕਰੋਗੇ देन ਨੈਕਸਟ ਗਿਆ ਨਾਲ ਹੀ ਡਾਊਨਲੋਡ ਹੋਣਾ ਸਟਾਰਟ ਹੋ ਜਾਏਗਾ ਅਗਰ ਮੈਕ ਦੇ ਲਈ ਚਾਹੀਦਾ ਤੁਹਾਨੂੰ ਤੁਸੀਂ ਇੱਥੇ ਕਲਿੱਕ ਕਰੋਗੇ ਡਾਊਨਲੋਡ ਹੋਣਾ ਸਟਾਰਟ ਹੋ ਜਾਏਗਾ ਬਟ ਮੇਰੇ ਕੋਲ ਕੀ ਆਲਰੇਡੀ ਮੈਂ ਇੰਸਟਾਲ ਕੀਤਾ ਹੋਇਆ ਆ ਸੋ ਮੈਂ ਇਥੋਂ ਇੰਸਟਾਲ ਨਹੀਂ ਕਰ ਰਹੀ ਸੋ ਐਸੀ ਸੇਮ ਵੇ ਦੇ ਵਿੱਚ ਕੀ ਅਗਰ ਤੁਸੀਂ ਨੋਟਪੈਡ ਜਿਹ plus plus download ਸੋ ਇਹਦੇ ਵਿੱਚ ਵੀ ਜਿਹੜਾ ਫਰਸਟ ਲਿੰਕ ਆਇਆ ਹੈ ਤੇ ਤੁਸੀਂ ਕਲਿੱਕ ਕਰੋਗੇ ਕਲਿੱਕ ਕਰਨ ਤੋਂ ਬਾਅਦ ਇਹ ਆ ਜਾਂਦੀ ਸਾਡੀ ਲੇਟੈਸਟ ਵਰਜ਼ਨ ਆ ਨੋਟਪੈਡ ਪਲੱਸ ਪਲੱਸ ਦੀ ਸੋ ਇੱਥੇ ਕਲਿੱਕ ਕਰੋਗੇ ਥੈਨ ਇੱਥੇ ਆ ਜਾਏਗਾ ਡਾਊਨਲੋਡ ਜਿੱਦੇ ਤੁਸੀਂ ਇੱਥੇ ਕਲਿੱਕ ਕਰੋਗੇ ਥੈਨ ਡਾਊਨਲੋਡ ਹੋਣਾ ਸਟਾਰਟ ਹੋ ਜਾਏਗਾ ਸੋ ਫਰਸਟਲੀ ਤਾਂ ਜਿੱਦਾਂ ਕਿ HTML ਆਪਾਂ ਲਰਨ ਕਰ ਰਹੇ ਹਾਂ ਸੋ HTML ਦੇ ਬਾਰੇ ਪਹਿਲਾਂ ਆਪਾਂ ਜਾਣਦੇ ਕਿ HTML ਐਕਚੁਅਲ ਦੇ ਵਿੱਚ ਹੈ ਕੀ ਆ ਸੋ ਮੈਂ ਇੱਥੇ ਤੁਹਾਨੂੰ ਇੰਟਰੋਡਕਸ਼ਨ ਦੇਣਾ ਚਾਹੂੰਗੀ HTML ਦੀ ਸੋ ਜਿਹੜੀ HTML ਹੈਗੀ ਹੈ HTML stands for Hypertext Markup Language ਸੋ ਨਾਲ-ਨਾਲ ਮੈਂ ਤੁਹਾਨੂੰ ਇੱਥੇ ਰਾਈਟ ਵੀ ਕਰ ਦਿੰਦੀ ਹਾਂ HTML stands for hypertext mark up language ਇੱਕ ਲੈਂਗੁਏਜ ਹੈਗੀ ਆ ਦੈਨ ਕਿ ਇਚਟੀਐਮਐਲ ਯੂਜ਼ ਹੁੰਦੀ ਹੈ ਗਿਆ ਵੈਬ ਪੇਜ ਦਾ ਸਟਰਕਚਰ ਕ੍ਰੀਏਟ ਕਰਨ ਦੇ ਲਈ ਜਾਂ ਫਿਰ ਆਪਾਂ ਕਹਿ ਸਕਦੇ ਆ ਲੇਆਉਟ ਕ੍ਰੀਏਟ ਕਰਨ ਦੇ ਲਈ ਸੋ ਸਟਰਕਚਰ ਮੀਨਸ ਕਿ ਕਿੱਦਾਂ ਆਪਾਂ ਜਿਹੜਾ ਸਾਡਾ ਕੰਟੈਂਟ ਹੈਗਾ ਉਹਨੂੰ ਅਰੇਂਜ ਕਰ ਸਕਦੇ ਆ ਸੋ ਜਿੱਦਾਂ ਕਿ ਫਾਰ ਐਗਜ਼ਾਮਪਲ ਫਰਸਟਲੀ ਮੈਂ ਕੀ ਚਾਹੁੰਦੀ ਆ ਵੈਬ ਪੇਜ ਦੇ ਵਿੱਚ ਹੈਡਿੰਗ ਲਿਖਣਾ ਚਾਹੁੰਦੀ ਆ ਸੋ ਮੈਂ ਇੱਥੇ ਲਿਖੂੰਗੀ ਹੈਡਿੰਗ ਜਿੱਦਾਂ ਕਿ ਮੈਂ ਇੱਥੇ ਲਿਖਿਆ ਹੋਇਆ ਬਾਣੀ ਦੈਨ ਮੈਂ ਇਹ ਤੋਂ ਬਾਅਦ ਚਾਹੁੰਦੀ ਆ ਕਿ ਪੈਰਾਗ੍ਰਾਫ ਸ਼ੋ ਹੋਵੇ ਸੋ ਦੈਨ ਮੈਨੂੰ ਹੈਡਿੰਗ ਤੋਂ ਬਾਅਦ ਪੈਰਾਗ੍ਰ ਆਏਗੀ ਸੋ ਇਦਾਂ ਹੀ ਜਿੱਦਾਂ ਆਪਾਂ ਕਹਿ ਲੋ ਕਿ ਆਉਟਪੁੱਟ ਦੇ ਵਿੱਚ ਚਾਹੁੰਦੇ ਆ ਕਿ ਸਾਡਾ ਜਿਹੜਾ ਕੰਟੈਂਟ ਆ ਸ਼ੋ ਹੋਵੇ ਉਦਾਂ ਹੀ ਸਾਨੂੰ HTML ਦੇ ਵਿੱਚ ਸਟੈਪ ਬਾਈ ਸਟੈਪ ਲਿਖਣਾ ਪੈਂਦਾ ਆ ਸੋ ਇਦਾਂ ਹੋਵੇ ਕਿ ਤੁਸੀਂ ਫਰਸਟਲੀ ਕੀ ਹੈ ਹੈਡਿੰਗ ਚਾਹੁੰਦੇ ਆ देन ਤੁਸੀਂ ਬਟ ਲਿਖ ਕੀ ਰਹੇ ਆ ਤੁਸੀਂ ਆਉਟਪੁੱਟ ਦੇ ਵਿੱਚ ਕੋਡ ਦੇ ਵਿੱਚ ਪੈਰਾਗ੍ਰਾਫ ਲਿਖ ਰਹੇ ਆ ਨਹੀਂ ਸਾਨੂੰ ਕਿ ਸਟੈਪ ਬਾਈ ਸਟੈਪ ਕੋਡ ਨੂੰ ਉਦਾਂ ਹੀ ਲਿਖਣਾ ਪਾਏਗਾ ਸੋ ਇਹ ਮੈਂ ਤੁਹਾਨੂੰ ਰਾਈਟ ਕਰਕੇ ਦੱਸੂਗੀ ਕਿ ਕਿਸ ਤਰ੍ਹਾਂ ਜਿਹੜਾ ਕਿ ਸਾਨੂੰ ਇਹ ਵਾਲੀ ਜਿਹੜੀ ਆਉਟਪੁੱਟ ਆ ਉਹ ਪ੍ਰੋਵਾਈਡ ਹੋਏਗੀ ਸੋ ਹੁਣ ਆਪਾਂ ਜਾਂਦੇ ਆ ਵਿਜ਼ੋ ਸਟੂਡੀਓ ਕੋਡ ਦੇ ਵਿੱਚ ਸੋ ਫਰਸਟਲੀ ਤਾਂ ਆਪਾਂ ਕਰ ਲੈਂਦੇ ਆ ਸੋ ਮੈਂ ਇਥੇ ਇੱਕ ਫੋਲਡਰ ਕ੍ਰੀਏਟ ਕੀਤਾ ਸੋ ਇਹਦੇ ਵਿੱਚ ਆਪਾਂ ਕਰ ਲੈਂਦੇ ਆ ਵੈਬ ਡਿਜ਼ਾਈਨਿੰਗ ਸੋ ਇਹ ਫੋਲਡਰ ਨੂੰ ਮੈਂ ਕ੍ਰੀਏਟ ਕਰ ਲਿਆ ਹੁਣ ਆਪਾਂ ਹੀ ਕਰਾਂਗੇ ਇਸ ਫੋਲਡਰ ਨੂੰ ਕੀ ਆ ਆਪਾਂ ਵਿਜ਼ੂ ਸਟੂਡੀਓ ਕੋਡ ਦੇ ਥਰੂ ਓਪਨ ਕਰਾਂਗੇ ਸੋ ਜਿੱਦਾਂ ਕਿ ਮੈਂ ਕੀ ਕੀਤਾ ਓਪਨ ਕੀਤਾ ਫੋਲਡਰ ਸੋ ਮੈਂ ਕੀ ਬਣਾਇਆ ਸੀਗਾ ਵੈਬ ਡਿਜ਼ਾਈਨਿੰਗ ਸੋ ਡੈਸਕਟਾਪ ਤੇ ਫਸਟਲੀ ਜਾਵਾਂਗੇ ਸੋ ਡੈਸਕਟਾਪ ਤੇ ਸਾਡਾ ਜਿਹੜਾ ਕਿ ਆ ਫੋਲਡਰ ਆਈ ਰਿਹਾ ਫੋਲਡਰ ਸੋ ਮੈਂ ਕੀ ਕੀਤਾ ਫੋਲਡਰ ਨੂੰ ਇਥੋਂ ਕਲਿੱਕ ਕੀਤਾ ਔਰ ਸਿਲੈਕਟ ਕਰਕੇ ਫੋਲਡਰ ਨੂੰ ਓਪਨ ਕੀਤਾ ਸੋ ਸੁਜੀਤਾ ਕਿ ਮੈਂ ਤੁਹਾਨੂੰ ਕਹਿਆ ਸੀਗਾ ਕਿ ਵਿਜ਼ਲ ਸਟੂਡੀਓ ਕੋਡ ਐਡੀਟਰ ਦੀਆਂ ਬਹੁਤ ਸਾਰੀਆਂ ਫੀਚਰਸ ਹੈਗੀਆਂ ਸੋ ਵਿਜ਼ਲ ਸਟੂਡੀਓ ਕੋਡ ਐਡੀਟਰ ਦੇ ਵਿੱਚ ਕਿ ਆਪਾਂ ਪੂਰੇ ਦਾ ਪੂਰਾ ਜਿਹੜਾ ਸਾਡਾ ਫੋਲਡਰ ਆ ਨੂੰ ਓਪਨ ਕਰ ਸਕਦੇ ਔਰ ਫੋਲਡਰ ਦੇ ਵਿੱਚ ਜਿੰਨੀਆਂ ਜੋ ਵੀ ਫਾਈਲਸ ਹੋਣਾ ਆਪਾਂ ਰੱਖਣੀਆਂ ਸੋ ਇੱਥੇ ਨਾਨ ਨਾਲ ਹੀ ਸ਼ੋ ਹੋ ਜਾਣੀਆਂ ਮੀਨਸ ਕਿ ਮੈਨੂੰ ਅਗੇਨ ਐਂਡ ਅਗੇਨ ਫੋਲਡਰ ਦੇ ਅੰਡਰ ਨਹੀਂ ਜਾਣਾ ਪੈਗਾ ਦੈਨ ਰਾਈਟ ਕਲਿਕ ਕਰਕੇ ਓਪਨ ਵਿਦ ਨਹੀਂ ਕਰਨਾ ਪੈਗਾ ਵਿਜ਼ਲ ਸਟੂਡੀਓ ਕੋਡ ਐਡੀਟਰ ਦੇ ਸੋ ਇੱਥੇ ਮੈਨੂੰ ਨਾਨ ਨਾਲ ਹੀ ਸ਼ੋ ਹੋ ਜਾਣੀਆਂ ਫਾਈਲਸ ਉਹ ਕਿੱਦਾਂ ਹੋਣੀਆਂ ਮੈਂ ਤੁਹਾਨੂੰ ਨਾਨ ਨਾਲ ਹੀ ਕਰਕੇ ਦੱਸੂਗੀ ਸੋ ਇਹਨਾਂ ਆਪਾਂ ਵੈਬ ਡਿਜ਼ਾਈਨਿੰਗ ਫੋਲਡਰ ਦੇ ਅੰਦਰ ਸੇਵ ਕਰਾਂਗੇ ਸੋ ਹਾਂ ਇੱਥੇ ਜਦੋਂ ਵੀ ਤੁਸੀਂ ਕੋਈ ਵੀ ਜਿਹੜੀ ਵੈਬਸਾਈਟ ਬਣਾਉਂਦੇ ਆ ਸੋ ਦਾ ਜਿਹੜਾ ਫਰਸਟ ਪੇਜ ਆ ਉਹਨੂੰ ਆਪਾਂ ਸੇਵ ਕਰਨਾ ਹੁੰਦਾ ਉਹਦਾ ਨਾਮ ਜਿਹੜਾ ਰੱਖਣਾ ਇੰਡੈਕਸ ਦੇ ਨਾਮ ਨਾਲ ਹੀ ਰੱਖਣਾ ਔਰ ਇਹਦੀ ਜਿਹੜੀ ਆਪਾਂ ਜਿਹਦਾ ਇੱਥੇ ਲਿਖ ਦਿੰਦੇ ਆ ਔਰ ਇਹਦੀ ਜਿਹੜੀ ਐਕਸਟੈਂਸ਼ਨ ਆ ਉਹਨੂੰ ਆਪਾਂ ਲਿਖਾਂਗੇ .html ਸੋ ਜਿੱਦਾਂ ਕਿ ਐਕਸਟੈਂਸ਼ਨਸ ਹੁੰਦੇ ਆ ਆਪਾਂ ਦੇਖਿਆ ਹੋਣਾ ਕਿ ਜੇ .png ਹੋ ਗਿਆ .jpg ਹੋ ਗਿਆ ਮੀਨਸ ਕਿ ਜਿਨ੍ਹਾਂ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਕਿਸ ਟਾਈਪ ਦੀ ਫਾਈਲ ਹੈਗੀ ਸੋ ਇਦਾਂ ਹੀ ਆਪਾਂ .html ਲਿਖਾਂਗੇ ਸੋ ਇਹਦੀ ਸੈਕਿੰਡ ਐਕਸਟੈਂਸ਼ਨ ਤੁਸੀਂ ਵੀ ਲਿਖ ਸਕਦੇ ਆ .htm ਵੀ ਲਿਖ ਸਕਦੇ ਆ ਮੀਨਸ ਕਿ ਸੇਮ ਹੀ ਆ ਦੋਨੋਂ ਦਾ ਮੀਨਿੰਗ ਸੋ ਆਪਾਂ ਇੱਥੇ ਲਿਖ ਦਿੱਤਾ ਇਹਨੂੰ ਸੇਵ ਕੀਤਾ ਇੰਡੈਕਸ.html ਦੀ ਫਾਈਲ ਦੇ ਨਾਮ ਨਾਲ ਸੋ ਇਹ ਸਾਡੀ ਜਿਹੜੀ ਫਾਈਲ ਆ ਸੇਵ ਹੋ ਗਈ ਔਰ ਤੁਸੀਂ ਦੇਖ ਸਕਦੇ ਜਿੱਦਾਂ ਹੀ ਮੈਂ ਕੋਈ ਫਾਈਲ ਕ੍ਰੀਏਟ ਕੀਤੀ ਤੇ ਸਾਨੂੰ ਨਾਂ ਲ ਹੀ ਲੱਗਦੀ ਜਿਹੜੀ ਫਾਈਲ ਆ ਸ਼ੋ ਹੋ ਗਈ ਸੋ ਹੁਣ ਆਪਾਂ ਇਹਦਾ ਲਿਖਾਂਗੇ HTML ਦਾ ਸਟਰਕਚਰ ਸੋ ਸਟਰਕਚਰ ਦੇ ਲਈ ਜਿੱਦਾਂ ਕਿ ਮੈਂ ਇਹਦੇ ਵਿੱਚ ਹੁਣ ਐਕਸਲਮੇਸ਼ਨ ਦਾ ਸਾਈਨ ਲਿਖਿਆ ਸੋ ਦੈਨ ਮੈਂ ਐਂਟਰ ਕਰੂੰਗੀ ਪੂਰੇ ਦਾ ਪੂਰਾ ਜਿਹੜਾ ਸਾਡਾ HTML ਦਾ ਸਟਰਕਚਰ ਆ ਸਾਨੂੰ ਇੱਥੇ ਸ਼ੋ ਹੋ ਗਿਆ ਸੋ ਤੁਸੀਂ ਕਹਿ ਰਹੇ ਹੋ ਨੇ ਕਿ ਪਤਾ ਨਹੀਂ ਕੀ ਕਿੱਦਾਂ ਹੈ ਬਟ ਮੈਂ ਇਹਨੂੰ ਤੁਹਾਨੂੰ 1 ਬਾਈ 1 ਸਟੈਪ ਬਾਈ ਸਟੈਪ ਸਮਝਾਉਂਗੀ ਕਿ ਇੱਕ ਸਟਰਕਚਰ ਹੈ ਕੀ ਹੈ ਕਿੱਦਾਂ ਹੁੰਦਾ ਕੀ ਮੀਨਿੰਗ ਆ ਇਹਨਾਂ ਦਾ ਜੋ ਸਾਡੇ ਕੋਲ ਇੱਥੇ ਸਾਹਮਣੇ ਸਾਨੂੰ ਕੋਡ ਸ਼ੋ ਹੋ ਰਿਹਾ ਆ ਸੋ ਫਸਟਲੀ ਜਿਹੜਾ ਸਾਡਾ ਕੋਡ ਆ ਇਹਦੇ ਦੇ ਵਿੱਚ ਲਿਖ ਹੋਇਆ ਹੈ ਡਾਕ ਟਾਈਪ HTML ਸੋ ਇਹ ਵਾਲਾ ਜਿਹੜਾ ਕੀ ਹੁੰਦਾ ਹੈ ਇ ਜਿਹੜੀ ਸਾਡੀ ਆਈਆ ਨਿਊ ਵਰਜ਼ਨ ਆਈ ਹੈ ਸੋ ਉਹਦੇ ਵਿੱਚ ਇਹ ਚੀਜ਼ ਲਿਖੀ ਜਾਂਦੀ ਆ ਇਹਦਾ मीनिंग ਕੀ ਹੁੰਦਾ ਕਿ ਜਿਹੜਾ ਸਾਡਾ ਬ੍ਰਾਊਜ਼ਰ ਆ ਬ੍ਰਾਊਜ਼ਰ ਨੂੰ ਦੱਸਣ ਦੇ ਲਈ ਇਹ ਚੀਜ਼ ਹੁੰਦੀ ਆ ਕਿ ਜਿਹੜੀ ਆਪਾਂ ਲੈਂਗੁਏਜ ਜਿਹੜਾ ਆਪਾਂ ਮੀਨਸ ਕੀ ਇਹ ਕੀ ਆ ਯੂਜ਼ ਕਰ ਰਹੇ ਆ ਕੋਡ ਨੂੰ ਰਾਈਟ ਕਰਨ ਦੇ ਲਈ ਕਿਸ ਟਾਈਪ ਦੀ ਆਪਾਂ ਲੈਂਗੁਏਜ ਯੂਜ਼ ਕਰ ਰਹੇ ਆ ਸੋ ਸਾਡੇ ਕੋਲ ਕੀ ਹੈਗੀ ਆ ਐਚਟੀਐਮਐਲ ਡਾਕੂਮੈਂਟ ਟਾਈਪ ਹੈਗੀ ਸੋ ਆਪਾਂ ਇਹਦੇ ਵਿੱਚ ਲਿਖ ਦਿੱਤਾ ਐਚਟੀਐਮਐਲ ਸੋ ਨੈਕਸਟ ਸਾਡੇ ਕੋਲ ਆ ਜਾਂਦਾ ਐਚਟੀਐਮਐਲ ਟੈਗ ਸੋ so, HTML ਟੈਗ ਹੈ ਜਿਹੜਾ ਲਿਖਿਆ ਹੈ ਇਹਨੂੰ ਆਪਾਂ ਬੋਲਦੇ ਹਾਂ ਰੂਟ ਟੈਗ ਵੀ ਬੋਲਦੇ ਹਾਂ ਸੋ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਇਹ ਜਿਹੜਾ ਇੱਥੋਂ ਸਟਾਰਟ ਹੋ ਕੇ ਲਾਸਟ ਦੇ ਵਿੱਚ ਹੀ HTML ਜਿਹੜਾ ਟੈਗ ਆ ਉਹ ਕਲੋਜ਼ ਹੋਣਾ ਹੁੰਦਾ ਹੈ ਉਹ ਸਾਰਾ ਜਿੰਨਾ ਵੀ ਕੋਡ ਹੈਗਾ ਇਸ ਟੈਗ ਦੇ ਅੰਡਰ ਹੀ ਰਹਿੰਦਾ ਸੋ ਇਸ ਲਈ ਇਹਨੂੰ ਆਪਾਂ ਰੂਟ ਟੈਗ ਵੀ ਬੋਲਦੇ ਹਾਂ ਸੋ ਨੈਕਸਟ ਤੁਸੀਂ ਦੇਖਿਆ ਉਹਨਾਂ ਕਿ ਇੱਥੇ ਲਿਖਿਆ ਹੋਇਆ ਲੈਂਗ EN ਮੀਨਸ ਕਿ ਲੈਂਗੁਏਜ ਆਪਾਂ ਕਿਹੜੀ ਯੂਜ਼ ਕਰ ਰਹੇ ਹਾਂ ਇਸ ਵੈਬ ਪੇਜ ਨੂੰ ਰਾਈਟ ਕਰਨ ਦੇ ਲਈ ਸੋ ਇੰਗਲਿਸ਼ ਯੂਜ਼ ਹੋ ਰਹੀ ਹੈ ਸੋ ਜਿਹੜਾ ਇੱਥੇ ਲੈਂਗ ਹੈਗਾ ਇਹ ਵਰਡ ਲਿਖਿਆ ਹੋਇ ਸੋ ਇੱਥੇ ਹੁਣ ਮੈਂ ਤੁਹਾਨੂੰ ਦੱਸਦੀ ਕਿ ਐਟਰੀਬਿਊਟਸ ਕੀ ਹੁੰਦੇ ਆ ਸੋ ਐਟਰੀਬਿਊਟ ਜਿਹੜਾ ਕੀ ਹੈ ਕੀ ਹੁੰਦੇ ਆ ਇਹ ਸਾਨੂੰ ਪ੍ਰੋਵਾਈਡ ਕਰਦੇ ਆ ਐਡੀਸ਼ਨਲ ਇਨਫੋਰਮੇਸ਼ਨ ਪ੍ਰੋਵਾਈਡ ਐਡੀਸ਼ਨਲ ਇਨਫੋਰਮੇਸ਼ਨ ਰਿਲੇਟਡ ਟੂ ਟੈਗਸ ਮੀਨਸ ਕਿ ਜਿਹੜਾ ਆਪਾਂ ਟੈਗ ਲਿਖਿਆ ਉਹਦੇ ਵਿੱਚ ਆਪਾਂ ਉਹਦੇ ਹੀ ਰਿਲੇਟ ਕੋਈ ਇਨਫੋਰਮੇਸ਼ਨ ਐਡ ਕਰਦੇ ਆ ਉਹਨੂੰ ਆਪਾਂ ਬੋਲਦੇ ਆ ਐਟਰੀਬਿਊਟ ਜਿੱਦਾਂ ਕਿ ਇੱਥੇ ਸਾਡੇ ਕੋਲ ਹੁਣ ਯੂਜ਼ ਹੋਇਆ ਹੈ ਲੈਂਗੁਏਜ ਨਾਮ ਦਾ ਐਟਰੀਬਿਊਟ ਸੋ ਇਦਾਂ ਹੀ ਨੈਕਸਟ ਹੋਰ ਵੀ ਬਹੁਤ ਸਾਰੇ ਐਟਰੀਬਿਊਟ ਹੈਗੇ ਤੁਹਾਨੂੰ ਮੈਂ ਨਾਲ-ਨਾਲ ਹੀ ਦੱਸੂਗੀ ਸੋ ਨੈਕਸਟ ਸਾਡੇ ਕੋਲ ਆਂਦਾ ਹੈਗਾ ਹੈਡ ਟੈਗ ਸੋ ਹੈਡ ਟੈਗ ਦੇ ਅੰਡਰ ਆਪਾਂ ਕਲਿੱਕ ਕਰਦੇ ਜਿੱਦਾਂ ਮੈਟਾ ਟੈਗਸ ਹੋਗੇ ਸਾਡਾ ਟਾਈਟਲ ਹੋ ਗਿਆ ਸੋ ਫਿਲਹਾਲ ਦੇ ਲਈ ਮੈਟਾ ਟੈਗਸ ਤੁਹਾਨੂੰ ਮੈਂ ਲਾਸਟ ਤੇ ਦੱਸੂਗੀ ਕਿ ਆਪਾਂ ਕਿਉਂ ਯੂਜ਼ ਕਰਦੇ ਆ ਸੋ ਜਿਹੜਾ ਸਾਡਾ ਟਾਈਟਲ ਹੈ ਸਾਡਾ ਹੁੰਦਾ ਵੈਬ ਪੇਜ ਦਾ ਜਦੋਂ ਆਪਾਂ ਲਿਖਦੇ ਆਂ ਟਾਈਟਲ ਦਿੰਦੇ ਆ ਕਿ ਇਹ ਵੈਬ ਪੇਜ ਕਿਹੜਾ ਹੈ ਜਿੱਦਾਂ ਆਪਾਂ ਪਹਿਲਾਂ ਦੇਖਿਆ ਨਾ ਤੁਸੀਂ ਕੋਈ ਐਸੇ ਲਿਖਦੇ ਆਂ ਆਪਾਂ ਉਹਦਾ ਕੀ ਆ ਨਾਮ ਰਖਦੇ ਸੀ ਕਿ ਦੀਵਾਲੀ ਜਾਂ ਮਾਈ ਵੈਸਟ ਫਰੈਂਡ ਹੋ ਗਿਆ ਇਦਾਂ ਹੀ ਆਪਾਂ ਜਿਹੜਾ ਸਾਡਾ ਵੈਬ ਪੇਜ ਹੈਗਾ ਵੈਬ ਪੇਜ ਦਾ ਆਪਾਂ ਟਾਈਟਲ ਦੇਈਦਾ ਕਿ ਕਿਸ ਰਿਲੇਟ ਮੈਂ ਇਹ ਵੈਬ ਪੇਜ ਆ ਉਹਨੂੰ ਬਣਾ ਰਹੀ ਆ ਜਿੱਦਾਂ ਕਿ ਫੋਰ ਐਗਜ਼ਾਮਪਲ ਆਪਾਂ ਇੱਥੇ ਗਏ ਆ ਜਿੱਦਾਂ ਇਹਦੇ ਵਿੱਚ ਆ ਮੈਂ ਡਾਕੂਮੈਂਟ ਬਣਾ ਰਹੀ ਆ ਸੋ ਇਹਦਾ ਕੀ ਲਿਖਿਆ ਹੋਇਆ ਜੇ ਮੈਂ ਕੋਈ ਨਾਮ ਨਹੀਂ ਸੇਵ ਕੀਤਾ ਸੋ ਬਾਇ ਡ ਇਹਦਾ ਮੈਂ ਇਹਦੇ ਵਿੱਚ ਸਰਚ ਕੀਤਾ ਵਾਟ ਇਜ਼ ਪ੍ਰੋਗਰਾਮਿੰਗ ਲੈਂਗੁਏਜ ਸੋ ਇਹਦਾ ਵੀ ਜਿਹੜਾ ਕਹਿ ਲੋ ਕਿ ਟਾਈਟਲ ਆ ਉਹ ਇੱਥੇ ਸ਼ੋ ਹੋ ਗਿਆ ਵਾਟ ਇਜ਼ ਪ੍ਰੋਗਰਾਮਿੰਗ ਲੈਂਗੁਏਜ ਸਾਨੂੰ ਟੈਬ ਦੇ ਵਿੱਚ ਆਣ ਕੇ ਸ਼ੋ ਹੋ ਗਿਆ ਸੋ ਇਦਾਂ ਹੀ ਆਪਾਂ ਵੀ ਆਪਣੇ ਇੱਥੇ ਵੈਬ ਪੇਜ ਦਾ ਜਿਹੜਾ ਕਿ ਟਾਈਟਲ ਰੱਖ ਦਿੰਦੇ ਆ ਜਿੱਦਾਂ ਮੈਂ ਇੱਥੇ ਰੱਖ ਦਿੰਦੀ ਆ ਪੋਰਟ ਪੋਲੀਓ ਮੈਂ ਰੱਖ ਦਿੱਤਾ ਟਾਈਟਲ ਸੋ ਇਹਦੇ ਵਿੱਚ ਹੈਡ ਸੈਕਸ਼ਨ ਦੇ ਵਿੱਚ ਆਪਾਂ ਟਾਈਟਲ ਲਿਖਦੇ ਆ ਵੈਬਪੇਜ ਦਾ ਥੈਨ ਸਾਡੇ ਕੋਲ ਆਂਦਾ ਹੈ ਨੈਕਸਟ ਬੋਡੀ ਟੈਗ ਸੋ ਬੋਡੀ ਟੈਗ ਦੇ ਵਿੱਚ ਆਪਾਂ ਕੀ ਲਿਖਦੇ ਆ ਜੋ ਵੀ ਆਪਾਂ ਕੰਟੈਂਟ ਜਿਹੜਾ ਕਿ ਵੈਬਪੇਜ ਦੇ ਵਿੱਚ ਸ਼ੋ ਕਰਵਾਣਾ ਆ ਉਹ ਸਾਨੂੰ ਲਿਖਣਾ ਪੈਂਦਾ ਬੋਡੀ ਟੈਗ ਦੇ ਅੰਡਰ ਸੋ ਜਿੱਦਾਂ ਕਿ ਇਹ ਵਾਲਾ ਮੈਂ ਸਰਚ ਕੀਤਾ ਸੀ ਵਾਟ ਇਜ਼ ਪ੍ਰੋਗਰਾਮਿੰਗ ਲੈਂਗੁਏਜ ਸੋ ਇਹ ਜਿਹੜਾ ਸਾਨੂੰ ਟਾਈਟਲ ਸਾਡੇ ਟੈਬ 'ਚ ਸ਼ੋ ਹੋ ਗਿਆ ਬਟ ਇਹ ਜਿਹੜਾ نیچے ਕੰਟੈਂਟ ਸ਼ੋ ਹੋ ਰਿਹਾ ਜਿਹਦੇ ਵਿੱਚ ਕੀ ਸਾਡਾ ਹੈਡਿੰਗ ਲਿਖਿਆ ਹੋਇਆ ਪੈਰਾਗ੍ਰਾਫਸ ਆ ਲਿੰਕਸ ਲੱਗੇ ਹੋਏ ਆ ਵੀਡੀਓਜ਼ ਇਹ ਇਮੇਜਿਸ ਹੈਗੀਆਂ ਲਗੀਆਂ ਹੋ ਜੋ ਸਾਰਾ ਕੁਝ ਸਾਡਾ ਵੈਬ ਪੇਜ ਆ ਸੋ ਜਿੰਨਾ ਜੋ ਵੀ ਕੰਟੈਂਟ ਆਪਾਂ ਲਿਖਣਾ ਵੈਬ ਪੇਜ ਦੇ ਉੱਪਰ ਜਿਹੜਾ ਆਪਾਂ ਸ਼ੋ ਕਰਵਾਉਣਾ ਚਾਹੁੰਦੇ ਆ ਉਹਨੂੰ ਆਪਾਂ ਲਿਖਾਂਗੇ ਬਾਡੀ ਟੈਗ ਦੇ ਅੰਦਰ ਸੋ ਜਿੱਦਾਂ ਕਿ ਇੱਥੇ ਮੈਂ ਤੁਹਾਨੂੰ ਲਿਖ ਕੇ ਦਿਖਾਉਂਦੀ ਆ ਮਾਈ ਫਰਸਟ ਵੈਬ ਪੇਜ ਸੋ ਜਿੱਦਾਂ ਕਿ ਇਹਦੇ ਵਿੱਚ ਮੈਂ ਇਹ ਵਾਲਾ ਆਪਣਾ ਕੰਟੈਂਟ ਲਿਖ ਦਿੱਤਾ ਬਾਡੀ ਦੇ ਵਿੱਚ ਹੁਣ ਆਪਾਂ ਇਹਨੂੰ ਕੀ ਕਰਦੇ ਆ ਇਹਦੀ ਆਊਟਪੁੱਟ ਚੈੱਕ ਕਰਦੇ ਆ ਸੋ ਜਿੱਦਾਂ ਕਿ ਇਹਦੇ ਵਿੱਚ ਮੈਂ ਇਹਨੂੰ ਓਪਨ ਕੀਤਾ ਸੋ ਮੈਂ ਰਾਈਟ ਕਲਿਕ ਕਰਕੇ ਸਿਲੈਕਟ ਕਰਨਾ ਫਿਰ ਰਾਈਟ ਕਲਿਕ ਕਰਕੇ ਓਪਨ ਵਿਦ ਕਰਦੇ ਆਪਾਂ ਇਹਨੂੰ Chrome ਦੇ ਸੋ ਜਿਦਾ ਕਿ ਤੁਸੀਂ ਦੇਖ ਸਕਦੇ ਜਿਹੜਾ ਟਾਈਟਲ ਸੀਗਾ ਟਾਈਟਲ ਦੇ ਵਿੱਚ ਸਾਡਾ ਲਿਖ ਕੇ ਆ ਗਿਆ ਪੋਰਟਫੋਲੀਓ ਸੇਮ ਜਿਹਦਾ ਆਪਾਂ ਇੱਥੇ ਲਿਖਿਆ ਸੀ ਔਰ ਬੋਡੀ ਦੇ ਵਿੱਚ ਮੈਂ ਕੀ ਲਿਖਿਆ ਸੀ ਮਾਈ ਫਰਸਟ ਵੈਬ ਪੇਜ ਸੋ ਇਹਦੇ ਸਾਡੇ ਕੋਲ ਬੋਡੀ ਦੇ ਵਿੱਚ ਸਾਨੂੰ ਲਿਖ ਕੇ ਆ ਗਿਆ ਸਾਡੇ ਵੈਬ ਪੇਜ ਦੇ ਵਿੱਚ ਮਾਈ ਫਰਸਟ ਵੈਬ ਪੇਜ ਸੋ ਇਸ ਤਰ੍ਹਾਂ ਤੁਸੀਂ ਬਹੁਤ ਹੀ ਸਿੰਪਲ ਵੇ ਦੇ ਵਿੱਚ ਜਿਹੜਾ HTML ਨੂੰ ਯੂਜ਼ ਕਰਕੇ ਜਿਹੜਾ ਸਾਡਾ ਕੰਟੈਂਟ ਆ ਉਹਨੂੰ ਆਪਾਂ ਸ਼ੋ ਕਰਵਾ ਸਕਦੇ ਹੈਗੇ ਆ ਸੋ ਬਟ ਜਿਹੜਾ ਬੋਡੀ ਟੈਗ ਆ ਬੋਡੀ ਟੈਗ ਦੇ ਵਿੱਚ ਇਹਨੂੰ ਆਪਾਂ ਡਾਇਰੈਕਟਲੀ ਜਿਹੜਾ ਕਿ ਕੋਈ ਵੀ ਕੰਟੈਂਟ ਨਹੀਂ ਲਿਖ ਸਕਦੇ ਇਹਦੇ ਲਈ ਜਿਹੜਾ ਕਿ HTML ਆ ਸਾਨੂੰ ਬਹੁਤ سارے ਟੈਗਸ ਪ੍ਰੋਵਾਈਡ ਕਰਦਾ ਹੈ ਜਿਦਾ ਕਿ ਫੋਰ ਐਗਜ਼ਾਮਪਲ ਆਪਾਂ ਇਹ ਵਾਲਾ ਦੇ ਦੇਖਿਆ ਸੀ ਇਹਦੇ ਵਿੱਚ ਆਪਾਂ ਦੇਖਿਆ ਕਿ ਹੈਡਿੰਗਸ ਲਿਖ ਹੋਇਆ ਲਿਖਿਆ ਹੋਇਆ ਪ੍ਰੋਗਰਾਮਿੰਗ ਲੈਂਗੁਏਜ ਵਟ ਇਜ਼ ਪ੍ਰੋਗਰਾਮਿੰਗ ਲੈਂਗੁਏਜ ਇਹ ਲਿਖ ਹੋਇਆ ਆ ਇਹ ਕੀ ਸਾਡੇ ਹੈਡਿੰਗਸ ਇਹਦੇ ਲਈ ਸਾਡੇ ਕੋਲ ਕੁਝ ਹੈਡਿੰਗ ਟੈਗਸ ਯੂਜ਼ ਹੁੰਦੇ ਆ ਸੋ ਜਿੱਦਾਂ ਕਿ ਇੱਥੇ ਮੈਂ نیچے ਲਿਖ ਦਿੰਦੀ ਹਾਂ ਹਾਡਿੰਗ ਟੈਗਸ ਸੋ ਇਹਦੇ ਵਿੱਚ ਕੀ ਸਾਡੇ ਕੋਲ ਐਚ 1 ਤੋਂ ਲੈ ਕੇ ਐਚ 1 ਤੋਂ ਲੈ ਕੇ ਐਚ 6 ਤੱਕ ਸਾਡੇ ਕੋਲ ਟੈਗਸ ਹੁੰਦੇ ਆ ਐਚ 6 ਤੱਕ ਸੋ ਜਦੋਂ ਟੈਗਸ ਮੀਨਸ ਕਿ ਜਦੋਂ ਅਸੀਂ ਇਹ ਐਂਗਲ ਬ੍ਰੈਕਟਸ ਦੇ ਵਿੱਚ ਲਿਖਦੇ ਜਿੱਦਾਂ ਕਿ h1 ਮੈਂ ਲਿਖਿਆ ਹੋਇਆ ਹੈ ਇਹ ਕੀ ਸਾਡਾ ਇੱਕ ਟੈਗ ਹੋ ਗਿਆ ਸੋ h1 ਤੋਂ ਲੈ ਕੇ h6 ਤੱਕ ਜਿਹੜੇ ਕਿ ਸਾਨੂੰ html ਟੈਗਸ ਪ੍ਰੋਵਾਈਡ ਕਰਦਾ ਹੈ ਸੋ ਇਹਦੇ ਵਿੱਚ ਜਿੱਦਾਂ ਕਿ ਕਹਿ ਲਓ h1 ਮੈਂ ਇੱਥੇ ਟੈਗ ਲਿਖਿਆ ਥੈਨ ਮੈਂ ਇਹਦੇ ਵਿੱਚ ਕੰਟੈਂਟ ਲਿਖੂੰਗੀ ਜੋ ਵੀ ਮੈਂ ਸ਼ੋ ਕਰਵਾਣਾ ਨੈਕਸਟ ਮੈਂ ਇਹਨੂੰ ਕੀ ਲਿਖਿਆ ਇਹਨੂੰ ਕਲੋਜ਼ ਕੀਤਾ ਸੋ ਇਹਨੂੰ ਆਪਾਂ ਬੋਲਦੇ ਆ ਇਹ ਸਾਡਾ ਕੀ ਹੋ ਗਿਆ ਸਟਾਰਟਿੰਗ ਟੈਗ ਹੋ ਗਿਆ ਔਰ ਜਿੱਦੇ ਮੈਂ ਇਹਨੂੰ ਕਲੋਜ਼ ਕੀਤਾ ਹੈ ਕਿ ਸਾਡਾ ਹੋ ਗਿਆ ਕਲੋਜ਼ਿੰਗ ਟੈਗ ਹੋ ਗਿਆ ਔਰ ਜੋ ਵੀ ਕੰਟੈਂਟ ਮੈਂ ਵੈਬ ਪੇਜ ਦੇ ਉੱਪਰ ਸ਼ੋ ਕਰਵਾਣਾ ਹੋ ਮੈਂ ਇਹਦੇ ਅੰਦਰ ਲਿਖੂਗੀ ਸੋ ਇਹਨੂੰ ਆਪਾਂ ਕੀ ਬੋਲਦੇ ਆ ਪੇਅਰ ਟੈਗਸ ਵੀ ਬੋਲ ਦਿੰਦੇ ਆ ਪੇਅਰ ਟੈਗਸ ਸੋ ਕਿਉਂਕਿ ਇਹਦਾ ਕੀ ਹੈ ক্লোজিং ਟੈਗ ਔਰ ਓਪਨਿੰਗ ਟੈਗ ਦੋਨੋਂ ਹੀ ਹੈਗੇ ਇਸ ਲਈ ਆਪਾਂ ਇਹਨੂੰ ਪੇਅਰ ਟੈਗਸ ਬੋਲਦੇ ਆਂ ਸੋ ਇਹ ਜਿਹੜਾ ਪੇਅਰ ਟੈਗਸ ਹੈ ਇਹ ਤੁਹਾਨੂੰ ਜਦੋਂ ਤੁਹਾਡਾ ਇੰਟਰਵਿਊ ਹੁੰਦਾ ਹੈ ਉਸ ਟਾਈਮ ਵੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਪੇਅਰ ਟੈਗਸ ਹੈ ਕੀ ਹੈ ਸੋ ਫਿਰ ਤੁਸੀਂ ਈਜ਼ੀਲੀ ਦੱਸ ਸਕਦੇ ਆਂ ਕਿ ਜੇ ਸਟੈਗ ਦਾ ਸਟਾਰਟਿੰਗ ਟੈਗ ਵੀ ਹੁੰਦਾ ਔਰ ক্লোজিং ਟੈਗ ਵੀ ਹੁੰਦਾ ਉਹਨੂੰ ਆਪਾਂ ਬੋਲਦੇ ਆਂ ਪੇਅਰ ਟੈਗ ਸੋ ਇਦਾਂ ਹੀ ਹੋਣਾ ਆਪਾਂ ਇੱਥੇ ਲਿਖ ਕੇ ਦੇਖਾਂਗੇ ਆਪਾਂ ਲਿਖਿਆ ਸੀਗਾ ਮਾਈ ਫਰਸਟ ਵੈਬ ਪੇਜ ਸੋ ਇਹਨੂੰ ਆਪਾਂ ਕੀ ਕਰ ਦਿੰਦੇ h1 ਟੈਗ ਦੋਂਡਾ ਲਿਖਦੇ ਆ ਸੋ ਜਿੱਦਾਂ ਮੈਂ ਇੱਥੇ h1 ਲਿਖਿਆ ਦੈਨ ਕਿਉਂਕਿ ਇਹਦਾ ਕਲੋਜ਼ਿੰਗ ਟੈਗ ਆਪਣੇ ਆਪ ਹੀ ਆ ਗਿਆ ਮੀਨਸ ਕਿ ਕਲੋਜ਼ ਹੋ ਗਿਆ ਹੈ ਟੈਗ ਸੋ ਇਦਾਂ ਹੀ ਮੀਨਸ ਕਿ ਜਿਹੜਾ ਸਾਡਾ ਵਿਜ਼ੂ ਸਟੂਡੀਓ ਕੋਡ ਐਡੀਟਰ ਹੈਗਾ ਇਹਦੇ ਵਿੱਚ ਸਾਨੂੰ ਕਹਿ ਲੋ ਕਿ ਫੀਚਰਸ ਮਿਲ ਜਾਂਦੀਆਂ ਮੈਨੂੰ ਹੁਣ ক্লোਜ਼ ਖੁਦ ਨਹੀਂ ਕਰਨਾ ਪਿਆ ਬਟ ਅਗਰ ਮੈਂ ਨੋਟਪੈਡ ਯੂਜ਼ ਕਰ ਰਹੀ ਹੁੰਦੀ ਉਹਦੇ ਵਿੱਚ ਮੈਨੂੰ ਇਹਨੂੰ ਖੁਦ ਹੀ ਲਿਖਣਾ ਪੈਣਾ ਸੀ ਮੀਨਸ ਕਿ ਜਿਹੜਾ ਮੈਂ ਪਾਇਆ ਐਂਗਲ ਬ੍ਰੈਕਟਸ ਵੀ ਸਾਰਾ ਕੁਝ ਮੀਨਸ ਕਿ ਖੁਦ ਹੀ ਟਾਈਪ ਕਰਨਾ ਪੈਣਾ ਬਟ ਇਹਦੇ ਵਿੱਚ ਕਿ ਜਸਟ ਮੈਂ ਐਚ1 ਹੀ ਲਿਖਿਆ ਬਾਕੀ ਜਿਹੜਾ ਕਲੋਜ਼ਿੰਗ ਟੈਗ ਖੁਦ ਹੀ ਆ ਗਿਆ ਆਪਣੇ ਆਪ ਹੀ ਆ ਗਿਆ ਆਟੋਮੈਟਿਕਲੀ ਸੋ ਇਹਦੇ ਵਿੱਚ ਮੈਂ ਲਿਖ ਦਿੱਤਾ ਇਹਦਾ ਮਾਈ ਫਰਸਟ ਵੈਬ ਪੇਜ ਸੋ ਹੁਣ ਆਪਾਂ ਇਹਦੀ ਜੀ ਆਊਟ ਸੋ ਫਰਸਟਲੀ ਸਾਨੂੰ ਇਹ ਵਾਲਾ ਜਿਹੜਾ ਸੀ ਇਦਾਂ ਸ਼ੋ ਹੋ ਰਿਹਾ ਜਿੱਦੇ ਮੈਨੂੰ H1 ਦੇ ਵਿੱਚ ਲਿਖਿਆ ਸੋ ਇਹ ਕੀ ਆ ਸਾਡਾ ਜਿਹੜਾ ਹੈਡਿੰਗ ਆ ਹੈਡਿੰਗ ਦੀ ਤਰ੍ਹਾਂ ਸ਼ੋ ਹੋਣ ਲੱਗ ਪਿਆ ਜੋ ਮੈਂ ਲਿਖਿਆ ਸੀ ਮਾਈ ਫਰਸਟ ਵੈਬ ਪੇਜ ਸੋ ਅਗਰ ਮੈਂ ਤੁਹਾਨੂੰ ਇਥੇ ਨੋਰਮਲ ਸਕਰੀਨ ਕਰਕੇ ਵੀ ਦਿਖਾਵਾਂ ਸੋ ਤੁਸੀਂ ਦੇਖ ਸਕਦੇ ਹੈਡਿੰਗ ਦੀ ਤਰ੍ਹਾਂ ਲੱਗ ਰਿਹਾ ਸਾਨੂੰ ਸੋ ਜਿੱਦਾਂ ਕਿ ਹੁਣ ਮੈਂ ਇੱਥੇ h1 ਲਿਖਿਆ ਸੋ ਆਪਾਂ h1 ਤੋਂ ਲੈ ਕੇ h6 ਤੱਕ ਇੱਥੇ ਹੈਡਿੰਗ ਲਿਖ ਦਿਆ ਸੋ ਇਹਨੂੰ ਆਪਾਂ ਕਰਦੇ ਆ ਡੁਪਲੀਕੇਟ ਸੋ ਅਗਰ ਤੁਸੀਂ ਵਿਜ਼ਲ ਸਟੂਡੀਓ ਕੋਡ ਦੇ ਵਿੱਚ ਇਹਨੂੰ ਕੀ ਕਰਨਾ ਡੁਪਲੀਕੇਟ ਕਰਨਾ ਤਾਂ ਇਹਦੀ ਸ਼ਾਰਟਕਟ ਕੀ ਹੈਗੀ ਹੈ Shift Alt then arrow down ਵਾਲਾ ਤੁਸੀਂ ਉਹਨੂੰ ਕਰੋਗੇ ਥੈਂ ਸਾਡੇ ਕੋਲ ਇੱਥੇ ਇਹ ਆ ਜਾਣੇ ਕਾਪੀ ਹੋ ਜਾਣੇ ਆ ਸੋ ਇੱਥੇ ਮੈਂ ਹੁਣ ਇਹਨੂੰ ਚੇਂਜ ਕਰ ਦਿੰਦੀ ਹਾਂ h1 ਨੂੰ h2 then ক্লোਜ਼ ਕੀਤਾ h2 same as h3 ਔਰ ਆਪਾਂ ਇੱਥੇ ਕਰਦੇ ਆ ਇਹਨੂੰ h3 h4 ਔਰ ਐਟ 4 ক্লোজ দেন સેમી ਐਟ 5 ਔਰ ਆਪਾਂ ਇਹਨੂੰ ਇੱਕ ਗੇਨ ਕਰਦੇ ਆ ਕਾਪੀ 16 ਦੇ ਵਿੱਚ ਸਾਡਾ ਕਰ ਗਿਆ ਐਚ 6 ਸੋ ਇਹਨੂੰ ਆਪਾਂ ਕਰ ਲਿਆ ਸੋ ਇਹਦੇ ਵਿੱਚ ਮੈਂ ਕੀ ਕਰਦੀ ਹਾਂ ਹੁਣ ਇਹਨੂੰ ਰੀਫਰੈਸ਼ ਕਰਦੀ ਹਾਂ ਔਰ ਦੇਖ ਸਕਦੇ ਤੁਸੀਂ ਇਹਨਾਂ ਦੇ ਵਿੱਚ ਡਿਫਰੈਂਸ ਕੀ ਡਿਫਰੈਂਸ ਲੱਗ ਰਿਹਾ ਸਾਨੂੰ ਸੋ ਜਿਹੜਾ h1 ਟੈਗ ਆ ਮੀਨਸ ਕੀ ਉਹ ਕੀ ਹੁੰਦਾ ਸਭ ਤੋਂ ਜਿਹੜਾ ਕਿ ਕਹ ਲਓ 빅 ਟੈਗ ਹੁੰਦਾ ਆ ਉਹਦੇ ਵਿੱਚ ਆਪਾਂ ਜਦੋਂ ਟੈਕਸਟ ਨੂੰ ਸ਼ੋ ਕਰਵਾਉਣਾ ਸੋ ਆਪਾਂ ਇਹਨੂੰ ਯੂਜ਼ ਕਰਦੇ ਆ ਏਦਾਂ ਜਦੋਂ ਆਪਾਂ ਦੇਖਦੇ h2 ਜਿਹੜਾ ਕਿ ਆ ਉਹਦੇ ਤੋਂ ਘੱਟ ਉਹਦਾ ਫੌਂਟ ਸਾਈਜ਼ ਹੋ ਗਿਆ ਨੀਚੇ-ਨੀਚੇ ਆ ਕੇ h6 ਜਿਹੜਾ ਕਿ ਸਭ ਤੋਂ স্মੋਲ ਟੈਗ ਹੋ ਗਿਆ ਸਾਡਾ ਜਿਹੜਾ ਹੈਡਿੰਗ ਟੈਗਸ ਆਉਂਦਾ ਸੋ ਇਹ ਜਿਹੜੇ ਹੈਡਿੰਗ ਟੈਗਸ ਹੁੰਦੇ ਆ ਇਹਨਾਂ ਨੂੰ ਵੀ ਆਪਾਂ ਯੂਜ਼ ਕਰਦੇ ਆ ਜਿੱਦਾਂ ਕਿ ਕਹਿ ਲਓ ਇੱਕ ਪੁਆਇੰਟ ਆਂਦਾ ਸਾਡੇ ਕੋਲ ਜਿੱਦਾਂ ਹੁਣ ਆਪਾਂ ਕਹਿ ਲਓ ਵੈਬਸਾਈਟ ਬਣਾਈ ਆ ਵੈਬਸਾਈਟ ਨੂੰ ਕੀ ਆ ਜਦੋਂ ਆਪਾਂ ਬਣਾ ਲਿਆ ਸੋ ਇਹ ਸੇ ਜਿਹੜੀ ਸਾਡੀ ਕੀ ਹੈਗੀ ਸਰਚ ਰਿਜ਼ਲਟ ਦੇ ਵਿੱਚ ਆਣੀ ਚਾਹੀਦੀ ਆ ਸੋ ਉਹਦੇ ਲਈ ਵੀ ਹੁੰਦੀ ਜਿਹੜੀ ਐਸਈਓ ਬੋਲਦੇ ਆ ਆਪਾਂ ਉਸ ਚੀਜ਼ ਨੂੰ ਸੋ ਉਹਦੇ ਵਿੱਚ ਵੈਬਸਾਈਟ ਲੈ ਕੇ ਆਉਣ ਦੇ ਲਈ ਸਾਡੇ ਕੋਲ ਇਹ ਜਿਹੜੇ ਐਚ1 ਤੋਂ ਲੈ ਕੇ ਐਚ6 ਤੱਕ ਟੈਗ ਹੁੰਦੀ ਆ ਸੋ ਇਹਨਾਂ ਨੂੰ ਆਪਾਂ ਉਸ ਅਕੋਰਡਿੰਗਲੀ ਯੂਜ਼ ਕਰਨਾ ਹੁੰਦਾ ਜਿੱਦਾਂ ਕਿ ਫੋਰ ਐ ਕੀ ਐਟਵਨ ਟੈਗ ਦੇ ਵਿੱਚ ਕੀ ਹੁੰਦਾ ਹੈ ਜੋ ਆਪਾਂ ਲਿਖਿਆ ਹੁੰਦਾ ਉਹ ਜੋ ਸਰਚ ਚ ਚੀਜ਼ ਆਣੀ ਹੁੰਦੀ ਆਪਾਂ ਉਹਨੂੰ ਲਿਖਦੇ ਆ ਸੋ ਨੈਕਸਟ ਵੀ ਜਿਹੜੇ ਸਾਡੇ ਟੈਗ ਹੈਗੇ H2 H3 H4 ਮੀਨਸ ਕਿ ਸਾਨੂੰ ਉਹਨਾਂ ਦੇ ਅਕੋਰਡਿੰਗ ਹੀ ਯੂਜ਼ ਕਰਨੇ ਪੈਂਦੇ ਕਿ ਕਿਹੜਾ ਮੋਸਟ ਮੀਨਸ ਕਿ ਸਰਚੇਬਲ ਕੀਵਰਡ ਸਾਡਾ ਹੋ ਸਕਦਾ ਆ ਉਹਨੂੰ ਆਪਾਂ ਹੈਡਿੰਗਸ ਦੇ ਅੰਡਰ ਰੱਖਣਾ ਹੁੰਦਾ ਆ ਸੋ ਇਹਦੇ ਵਿੱਚ ਇਹ ਤਾਂ ਢਿੱਸੀਗੀ SEO ਦੀ ਰਿਲੇਟਿਡ ਟਿਪਸ ਹੈਗੀ ਸੋ ਇੱਧੇ ਨੈਕਸਟ ਅਗਰ ਆਪਾਂ ਗੱਲ ਕਰੀਏ ਸਾਡੇ ਹੈਡਿੰਗ ਟੈਗ ਸੀਗੇ ਸੋ H1 ਤੋਂ H6 ਸਾਡੇ ਹੈਡਿੰਗ ਟੈਗਸ ਕੰਪਲੀਟ ਹੋ ਗਏ ਸੋ ਜਿੱਦਾਂ ਕਿ ਹੁਣ ਅਸੀਂ ਕੀ ਕਰਦੇ ਆ ਇਹਦੇ ਵਿੱਚ ਆਪਾਂ ਨਾਲ ਹੀ ਲੱਗਦਾ ਜਿਹੜਾ ਕਿ ਆਪਣੀ ਜਿਹੜੀ ਵੈਬਸਾਈਟ ਆ ਪੋਰਟਫੋਲੀਓ ਟਾਈਪ ਉਹਨੂੰ ਬਣਾਉਣਾ ਸਟਾਰਟ ਕਰਦੇ ਆ ਸੋ ਜਿੱਦਾਂ ਕਿ ਮੈਂ ਇਹਨੂੰ ਥੋੜਾ ਜ਼ੂਮ ਕਰ ਲੈਂਦੀ ਆ ਸੋ ਇਹਦੇ ਵਿੱਚ ਹੈਡਿੰਗ ਦੇ ਵਿੱਚ ਆਪਾਂ ਫਸਟ ਲਿਖਦੇ ਆ ਮੈਂ ਨਾਮ ਲਿਖੂੰਗੀ ਆਪਣਾ ਬਾਨੀ ਸੋ ਮੈਂ ਇਹਦੇ ਵਿੱਚ ਨਾਮ ਲਿਖ ਦਿੱਤਾ ਔਰ ਜਿੱਦ ਹੀ ਮੈਂ ਇਹਨੂੰ ਫਿਰ ਰੀਫਰੈਸ਼ ਕਰਦੇ ਆ ਆਪਾਂ ਇਹ ਸਾਡਾ ਕੀ ਹੋ ਗਿਆ ਇਹਦੇ ਵਿੱਚ ਆ ਗਿਆ ਹੈਡਿੰਗ ਸੋ ਨੈਕਸਟ ਆਪਾਂ ਕੀ ਕਰਨਾ ਆ ਇਹਦੇ ਵਿੱਚ ਮੈਂ ਲਿਖੂੰਗੀ ਸੋ ਜਿੱਦਾਂ ਕਿ ਦੇਲੇ ਮੈਂ ਹੁਣ ਫਿਰ ਕੀ ਲਿਖਣਾ ਚਾਹੁੰਦੀ ਆ ਸਬ ਹੈਡਿੰਗ ਲਿਖਣਾ ਚਾਹੁੰਦੀ ਆ ਸੋ ਉਹਦੇ ਲਈ ਮੈਂ ਕੀ ਯੂਜ਼ ਕਰ ਲਿਆ ਜਿੱਦਾਂ ਕਿ H2 ਟੈਗ ਯੂਜ਼ ਕਰ ਲਿਆ ਤੁਸੀਂ H2 H3 ਯੂਜ਼ ਕਰ ਸਕਦੇ ਆ ਜਿੱਦਾਂ ਕਿ ਇਹਦੇ ਵਿੱਚ ਮੈਂ ਕੀ ਲਿਖ ਦਿੱਤਾ ਫੁੱਲ ਸਟੈਕ ਡਿਵੈਲਪਰ ਸੋ ਇਹ ਸਾਡੀ ਆਉਟਪੁੱਟ ਆ ਗਈ ਲੇ ਕੇ ਸੋ ਮੈਂ نیچے ਇਹਦੇ ਕੁਝ ਲਿਖਣਾ ਚਾਹੁੰਦੀ ਆ ਸੋ ਹੁਣ ਮੈਂ ਇਹਦੇ ਲਈ ਕੀ ਲਿਖੂਗੀ ਜਿੱਦਾਂ ਸਾਡੇ ਕੋਲ ਸੀਗਾ ਇੱਕ ਮੈਂ ਤੁਹਾਨੂੰ ਕਿਹਾ ਕਿ ਪੈਰਾਗ੍ਰਾਫ ਟੈਗ ਵੀ ਆਉਂਦੇ ਆ ਸੋ ਮੈਂ ਇਹਦੇ ਵਿੱਚ ਕੀ ਲਿਖ ਦਿੱਤਾ ਪੀ ਪੀ ਟੈਗ ਮੋਸਟਲੀ ਯੂਜ਼ ਹੁੰਦਾ ਜਦੋਂ ਤੁਸੀਂ ਕੋਈ ਵੀ ਵੈਬਸਾਈਟ ਦੇ ਉੱਪਰ ਪੈਰਾ ਲਿਖਣਾ ਹੁੰਦਾ ਉਹਦੇ ਲਈ ਸੋ ਇਹਦੇ ਵਿੱਚ ਮੈਂ ਜਿੱਦਾਂ ਥੋੜਾ ਜਿਹਾ ਕੰਟੈਂਟ ਲਿਖਣਾ ਚਾਹੂੰਗੀ ਸੋ ਇਹਦੇ ਵਿੱਚ ਇੱਕ ਹੋਰ ਫੀਚਰ ਹੈਗੀ ਹੈ ਜਿਹਦਾ ਆਪਾਂ ਵਿਜ਼ੂ ਸਟੂਡੀਓ ਕੋਡ ਯੂਜ਼ ਕਰਦੇ ਆ ਜਿੱਦਾਂ ਕਿ ਹੁਣ ਮੈਨੂੰ ਕੁਝ ਡੰਮੀ ਟੈਕਸਟ ਚਾਹੀਦਾ ਸੀ ਉਹਦੇ ਲਈ ਸਾਨੂੰ ਇੱਕ ਵੈਬਸਾਈ ਨਾ ਲਿਖਣਾ ਸਟਾਰਟ ਹੀ ਕਰੂੰਗੀ ਦੈਨ ਕਿ ਆ ਜਾਂਦਾ ਮੈਨੂੰ ਪੂਰੇ ਦਾ ਪੂਰਾ ਜਿਹੜਾ ਪੈਰਾਗ੍ਰਾਫ ਆ ਉਹ ਇਹਦੇ ਵਿੱਚ ਲਿਖ ਕੇ ਆ ਜਾਣਾ ਸੋ ਇਹਦੇ ਵਿੱਚ ਕੀ ਆ ਮੈਨੂੰ ਥੋੜਾ ਜਿਹਾ ਹੀ ਚਾਹੀਦਾ ਸੋ ਮੈਂ ਜਿਹੜਾ ਬਾਕੀ ਮੇਰਾ ਪੈਰਾ ਆ ਉਹਨੂੰ ਮੈਂ ਕਰ ਦੂੰਗੀ ਰਿਮੂਵ ਸੋ ਇਹਨੂੰ ਮੈਂ ਰੱਖ ਦਿੰਦੀਆਂ ਡਬਲ ਕੋਟਸ ਦੇ ਅੰਦਰ ਸੋ ਜਿਹੜਾ ਮੇਰਾ ਇਹ ਲਿਖਿਆ ਹੋਇਆ ਓਏ ਮੈਨੂੰ ਕੀ ਆ ਗਿਆ ਪੈਰੇ ਦੀ ਤਰ੍ਹਾਂ ਇੱਥੇ ਸ਼ੋ ਹੋ ਗਿਆ ਸੋ ਇਸ ਤਰ੍ਹਾਂ ਜਿਹੜਾ ਕਿ ਤੁਸੀਂ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਕਿ HTML ਦੇ ਵਿੱਚ ਜਿੱਦਾਂ ਜਿੱਦਾਂ ਸਾਨੂੰ ਆਉਟਪੁੱਟ ਚਾਹੀਦੀ ਆ ਉਦਾਂ ਹੀ ਆਪਾਂ ਇਹਨੂੰ 1 ਬਾਈ 1 ਲਿਖ ਸਕਦੇ ਹਾਂ ਸੋ ਇੱਥੇ ਕੇ ਸਾਨੂੰ ਉਦਾਂ ਹੀ 1/1 ਜਿਹੜੀ ਸਾਡੀ ਆਉਟਪੁੱਟ ਆਉ 쇼 ਹੋ ਰਹੀ ਆ। ਸੋ ਜਿੱਦਾਂ ਕੇ ਨੈਕਸਟ ਆ ਨੈਕਸਟ ਮੈਂ ਹੈਡਿੰਗ ਲਿਖਣਾ ਚਾਹੂੰਗੀ ਆਪਣਾ एवरीथिंग अबाउट मी। ਮੈਂ ਆਪਣੇ ਬਾਰੇ ਇੱਥੇ ਲਿਖਣਾ ਚਾਹ ਰਹੀ ਹਾਂ ਸੋ ਮੈਂ ਇੱਥੇ ਹੈਡਿੰਗ ਦੇ ਵਿੱਚ ਲਿਖ ਦਿੱਤਾ ਔਰ ਮੈਂ ਇੱਥੇ ਪੈਰੇ ਦੇ ਵਿੱਚ ਲਿਖ ਦਿੰਦੇ ਆ ਆਪਾਂ ਡੰਮੀ ਟੈਕਸਟ ਹੀ ਲੈਂਦੇ ਆ ਅਗੇਨ ਲੋਰਮ ਇਮਸਮ ਸੋ ਇਹ ਮੈਂ ਲਿਖ ਦਿੱਤਾ। ਸੋ ਜਿਹੜੀ ਮੈਨੂੰ ਆਉਟਪੁੱਟ ਕੀ ਆ ਇੱਥੇ ਮਿਲ ਗਈ। ਸੋ ਤੁਸੀਂ ਦੇਖ ਸਕਦੇ ਆ ਸੋ ਨੈਕਸਟ ਕੀ ਹੈ ਨੈਕਸਟ ਮੈਂ ਅਗੇਨ ਲਿਖਣਾ ਚਾਹੂੰਗੀ ਆਪਣੀਆਂ ਕੀ ਸਕਿਲਸ ਦੇ ਬਾਰੇ ਲਿਖਣਾ ਚਾਹੂੰਗੀ ਸੋ ਮੈਂ ਇਹਦੇ ਵਿੱਚ ਲਿਖ ਦਿੱਤਾ ਮਾਈ ਕੀ ਸਕਿਲਸ ਸੋ ਮੈਂ ਇਹ ਲਿਖ ਦਿੱਤਾ ਇਹਦੇ ਵਿੱਚ ਮੈਂ ਕੀ ਆਪਣੀਆਂ ਸਕਿਲਸ ਲਿਖੂੰਗੀ ਸੋ ਇਹਦੇ ਵਿੱਚ ਕੀ ਸਕਿਲਸ ਲਿਖਣ ਦੇ ਲਈ ਜਿੱਦਾਂ ਕਿ ਮੈਂ ਕੀ ਆਪਣੇ ਜਿਹੜੀਆਂ ਸਕਿਲਸ ਆ ਉਹਨੂੰ ਨੰਬਰਿੰਗ ਦੇ ਵਿੱਚ ਲਿਖਣਾ ਚਾਹੂੰਗੀ ਮੀਨਸ ਕਿ ਪੂਰੀ ਲਿਸਟ ਬਣਾਉਣਾ ਚਾਹੂੰਗੀ ਸੋ ਉਹਦੇ ਲਈ ਕੀ ਸਾਨੂੰ HTML ਦੇ ਵਿੱਚ ਲਿਸਟਸ ਪ੍ਰੋਵਾਈਡ ਹੁੰਦੀਆਂ ਆ ਜਿਹਦੇ ਵਿੱਚ ਕੀ ਹੈਗਾ ਸਾਡੇ ਕੋਲ ਟੂ ਟਾਈਪਸ ਦੀਆਂ ਲਿਸਟਸ ਹੁੰਦੀਆਂ ਆ ਸੋ ਮੈਂ ਤਾਂ ਇਹਦੇ ਅੰਡਰ ਲਿਖ ਦਿੰਦੇ ਆ ਸੋ ਇਹਦੇ ਵਿੱਚ ਆਪਾਂ ਕੀਤੀਆਂ ਲਿਸਟਸ ਸੋ ਲਿਸਟ ਦੇ ਵਿੱਚ ਕੀ ਆਉਂਦੀ ਹੈ ਸਾਡੇ ਕੋਲ ਟੂ ਟਾਈਪਸ ਦੀਆਂ ਆਂਦੀਆਂ ਆ ਅਨ ਆਰਡਰਡ ਲਿਸਟ ਅਨ ਆਰਡਰਡ ਲਿਸਟ ਹੋ ਗਿਆ ਸਾਡੇ ਕੋਲ ਔਰ ਸੈਕਿੰਡ ਹੈਗੇ ਮੇਰੇ ਕੋਲ ਆਰਡਰਡ ਲਿਸਟ ਆਰਡਰਡ ਲਿਸਟ ਸੋ ਇਹ ਸਾਡੇ ਕੋਲ ਟੂ ਟਾਈਪਸ ਦੀਆਂ ਲਿਸਟ ਹੈਗੀਆਂ ਸੋ ਅਨ ਆਰਡਰ ਲਿਸਟ ਦੇ ਵਿੱਚ ਕੀ ਹੈ ਜਿੱਦਾਂ ਕਿ ਅਸੀਂ ਚਾਹੁੰਦੇ ਹਾਂ ਬੁਲੇਟਸ ਵਗੈਰਾ ਲਗਾਣੇ ਜਿਦਾ ਆਪਾਂ ਦੇਖਦੇ ਆ ਕਿ ਜਿਹੜਾ ਲੱਗਾ ਹੁੰਦਾ ਡਾਟ ਡਾਟ ਲਗਾਏ ਹੁੰਦੇ ਆ ਜਾਂ ਫਿਰ ਆਪਾਂ ਚਾਹਦੇ ਆ ਉਹ ਲਗਾਨੇ ਕੈਲੋ ਸਕਿਅਰ ਆ ਸਰਕਲ ਲਗਾਇਆ ਸੋ ਆਪਾਂ ਉਸ ਟਾਈਮ ਦੇ ਵਿੱਚ ਅਨ ਆਰਡਰਡ ਲਿਸਟ ਯੂਜ਼ ਕਰ ਸਕਦੇ ਆ ਬਟ ਜਿਸ ਟਾਈਮ ਆਪਾਂ ਚਾਹਦੇ ਆ ਕਿ ਲਿਸਟ ਆ ਲਿਸਟ ਦੇ ਸਟਾਰਟਿੰਗ ਦੇ ਵਿੱਚ ਕਿ ਨੰਬਰਿੰਗ ਆਵੇ 1 2 3 ਆਵੇ ਰੋਮਨ ਅਕਰਸ ਆਵੇ ਜਾਂ ਫਿਰ ਅਲਫਾਬੈਟਸ ਆਵੇ ਸੋ ਉਸ ਟਾਈਮ ਦੇ ਵਿੱਚ ਆਪਾਂ ਕੀ ਆਰਡਰ ਲਿਸਟ ਨੂੰ ਯੂਜ਼ ਕਰ ਸਕਦੇ ਆ ਸੋ ਜਿੱਦਾਂ ਕਿ ਇੱਥੇ ਮੈਂ ਲਿਖ ਦਿੰਦੀ ਆ ਨੰਬਰਸ ਜਾਂ ਫਿਰ ਆਪਾਂ ਲਿਖ ਦਿੰਦੇ ਆ ਕਮਾ ਅਲਫਾਬੈਟਸ ABC ਜਾਂਦੇ ਆ ਰੋਮਨ ਅੱਖਰ ਜਾਂਦੇ ਆ ਤੁਸੀਂ ਸੋ ਉਹਦੇ ਲਈ ਆਪਾਂ ਯੂਜ਼ ਕਰ ਸਕਦੇ ਆ ਆਰਡਰ ਲਿਸਟ ਸੋ ਜਿੱਦਾਂ ਕਿ ਇਹਨਾਂ ਵਿੱਚ ਹੁਣ ਸਕਿਲਸ ਨੂੰ ਲਿਖਣ ਦੇ ਲਈ ਮੈਂ ਇਹਦੇ ਵਿੱਚ ਕੀ ਯੂਜ਼ ਕਰੂੰਗੀ ਆਰਡਰਡ ਲਿਸਟ ਯੂਜ਼ ਕਰੂੰਗੀ ਉਹਦੇ ਲਈ ਮੈਂ ਕਿ ਇੱਥੇ ਸਾਡੇ ਕੋਲ ਟੈਗ ਕੀ ਹੈਗਾ OL ਸੋ ਉਹਨੂੰ ਆਪਾਂ OL ਕਰਕੇ ਲਿਖਦੇ ਆ ਸੋ ਜੇ ਅਗਰ ਮੈਂ ਲਿਖਣੀ ਹੈਗੇ UL ਲਿਖਣੀ ਹੈ ਸੋ ਉਹਦੇ ਲਈ ਮੈਂ ਲਿਖੂੰਗੀ ਇਹਨੂੰ UL ਸੋ ਸੇਮ ਹੀ ਹੈ ਜਿੱਦਾਂ ਕਿ ਮੈਂ ਇਹਦੇ ਵਿੱਚ ਤੁਹਾਨੂੰ ਦੋਨੋਂ ਹੀ ਲਿਖ ਕੇ ਇੱਥੇ ਦਿਖਾ ਦਿੰਦੀ ਆ ਸੋ ਜਿੱਦਾਂ ਕਿ ਮੈਂ ਕੀ ਲਿਖਿਆ OL ਲਿਖਿਆ ਸੋ ਇਹਦੇ ਅੰਡਰ ਜਿੱਦੋਂ ਮੈਂ ਲਿਖਣਾ ਹੈ ਆਪਣੀਆਂ ਸਕਿੱਲਸ ਲਿਖਣੀਆਂ ਸੋ ਉਹਦੇ ਲਈ LI ਸਾਡੇ ਕੋਲ ਟੈਗ ਯੂਜ਼ ਹੁੰਦਾ ਜਿਹਦਾ ਮੀਨਸ ਕੀ ਹੈ ਕਿ ਲਿਸਟ ਸੋ ਇਹਦੇ ਵਿੱਚ ਮੈਂ ਲਿਖੂੰਗੀ ਜਿੱਦਾਂ ਕਿ ਫਸਟਲੀ ਮੈਂ ਆਪਣੀ ਸਕਿੱਲਸ ਕੀ ਲਿਖ ਦਿੱਤੀ HTML5 ਸੈਕਿੰਡ ਕੀ ਹੈ ਮੈਂ ਇਹਦੇ ਵਿੱਚ ਲਿਖ ਦਿੱਤਾ CSS ਫਿਰ ਇਹਨੂੰ ਅਗੇਨ ਮੈਂ ਡੁਪਲੀਕੇਟ ਕਰੂੰਗੀ ਸੋ ਨੈਕਸਟ ਮੈਂ ਲਿਖ ਦਿੱਤਾ ਜਿੱਦਾਂ ਕਿ ਕਹ ਲਓ JavaScript ਸੋ ਇਸ ਤਰ੍ਹਾਂ ਇਹਨੂੰ अगेन ਮੈਂ ਕਾਪੀ ਕੀਤਾ ਸੋ ਨੈਕਸਟ ਇਹਦੇ ਵਿੱਚ ਮੈਂ ਕੀ ਲਿਖ ਦਿੱਤਾ ਆਪਣਾ ਕੈਲੋ ਬੂਟਸੈਪ ਸੋ ਇਦਾਂ ਹੀ ਮੀਨਸ ਕਿ ਜਿੰਨੀਆਂ ਵੀ ਸਕਿਲਸ ਹੈਗੀਆਂ ਤੁਸੀਂ ਇਹਦੇ ਵਿੱਚ ਲਿਖ ਸਕਦੇ ਆ ਜਿੱਦਾਂ ਮੈਂ ਲਿਖ ਦਿੱਤਾ ਪੀ ਐਚ ਪੀ ਸੋ ਇਦਾਂ ਹੀ ਤੁਸੀਂ ਲਿਖ ਸਕਦੇ ਆਪਣੀਆਂ ਸਕਿਲਸ ਦੀ ਲਿਸਟ ਜਿੰਨੀਆਂ ਵੀ ਸਕਿਲਸ ਹੈਗੀਆਂ ਆਪਾਂ نیچے-नीचे ਲਿਖ ਸਕਦੇ ਆ ਸੋ ਯੂ ਐਲ ਦੇ ਵਿੱਚ ਵੀ ਸਾਡੇ ਕੋਲ ਸੇਮ ਹੀ ਯੂਜ਼ ਹੁੰਦੀ ਹੈਗੀ ਆ ਐਲ ਆਈ ਹੀ ਆਣੀ ਇਹਦੇ ਅੰਡਰ ਕਿਉਂਕਿ ਆਪਾਂ ਲਿਸਟ ਬਣਾ ਰਹੇ ਆ ਸੋ ਇਹਦੇ ਵਿੱਚ ਹੁਣ ਇਹਨੂੰ ਮੈਂ ਤੁਹਾਨੂੰ ਰਨ ਕਰਕੇ ਦਿਖਾਉਂਦੀ ਹਾਂ ਇਸ ਨੂੰ ਸੋ ਇਹ ਚੀਜ਼ ਤੁਸੀਂ ਦੇਖ ਸਕਦੇ ਆ ਫਸਟਲੀ ਮੈਂ ਯੂਜ਼ ਕੀਤੀ ਸੀ ਆਰਡਰ ਲਿਸਟ ਜਿਹਦੇ ਵਿੱਚ ਕੀ ਸਾਨੂੰ ਬਾਇ ਡਿਫਾਲਟ ਕੀ ਆ ਗਿਆ ਨੰਬਰਸ ਲਿਖਿਆ ਆ ਗਿਆ ਔਰ ਜਿਹੜੀ ਅਨ ਆਰਡਰ ਲਿਸਟ ਸੀ ਉਹਦੇ ਵਿੱਚ ਸਾਡੇ ਕੋਲ ਕੀ ਆ ਇਹਦੇ ਵਿੱਚ ਡਾਟ ਡਾਟ ਲਿਖ ਕੇ ਆ ਗਿਆ ਸਾਡੀ ਲਿਸਟ ਦੇ ਸਟਾਰਟਿੰਗ ਦੇ ਵਿੱਚ ਸੋ ਇਸ ਤਰ੍ਹਾਂ ਤੁਸੀਂ ਯੂਜ਼ ਕਰ ਸਕਦੇ ਆ ਸੋ ਇੱਥੇ ਹੁਣ ਮੈਂ ਕੀ ਆਰਡਰ ਲਿਸਟ ਹੀ ਯੂਜ਼ ਕਰੂੰਗੀ ਸੋ ਜਿੱਦਾਂ ਕਿ ਮੈਂ ਇਹਦੇ ਵਿੱਚ ਓ ਐਲ ਯੂਜ਼ ਕਰ ਰਹੀ ਹਾਂ ਸੋ ਓ ਐਲ ਦੇ ਵਿੱਚ ਜਿੱਦਾਂ ਕਿ ਇੱਥੇ ਮੈਂ ਤੁਹਾਨੂੰ ਦੱਸਿਆ ਕਿ ਆਪਾਂ ਕੀ ਲਗਾ ਸਕਦੇ ਨੰਬਰਸ ਅਲਫਾਬੈਟ ਰੋਮਨ ਨੰਬਰ ਯੂਜ਼ ਕਰ ਸਕਦੇ ਆ ਸੋ ਉਹ ਆਪਾਂ ਰਾਈਟ ਕਰਨ ਦੇ ਲਈ ਕੀ ਹੈ ਤੇ ਸਾਡੇ ਕੋਲ ਐਟਰੀ ਜਿਹਦੇ ਵਿੱਚ ਕੀ ਮੈਂ ਕੀ ਇਹਦੇ ਵਿੱਚ ਲਗਾਉਂਗੀ ਜਿੱਦਾਂ ਕਿ ਮੈਂ ਰੋਮਨ ਅੱਖਰ ਲਗਾਉਣਾ ਚਾਹੁੰਦੀ ਹਾਂ ਉਸ ਵਿੱਚ ਮੈਂ ਸਿੰਪਲੀ স্মੋਲ ਆਈ ਪਾਇਆ ਇਹਦੇ ਵਿੱਚ ਦਨਕੇ ਜਦੋਂ ਮੈਂ ਆਪਣੇ ਇਥੇ ਰੀਫਰੈਸ਼ ਕਰੂੰਗੇ ਇਹਨੂੰ ਸੋ ਇਥੇ ਕੀ ਆ ਗਿਆ ਸਾਡੇ ਕੋਲ ਰੋਮਨ ਅੱਖਰਸ ਆ ਗਿਆ ਤੁਸੀਂ ਦੇਖ ਸਕਦੇ ਆ ਲਿਖ ਕੇ ਸੋ ਨੈਕਸਟ ਅਗਰ ਤੁਸੀਂ ਇਥੇ ਅਲਫਾਬੈਟਸ ਲਗਾਉਣਾ ਚਾਹੁੰਦੇ ਆ স্মॉल ਕੈਪੀਟਲ ਸੋ ਤੁਸੀਂ ਇਹਦੇ ਵਿੱਚ ਲਿਖ ਸਕਦੇ ਜਿੱਦਾਂ ਕਿ ਮੈਂ A ਲਿਖਿਆ ਦੈਨ ਸਾਡੇ ਕੋਲ ਕੀ ਆ ਗਿਆ ਇਥੇ ABC ਲਿਖ ਕੇ ਆ ਗਿਆ ਸੋ ਇਸ ਤਰ੍ਹਾਂ ਹੀ ਤੁਸੀਂ ਇਹਦੇ ਵਿੱਚ ਜਾ ਕੇ ਟਾਈਪ ਨਾਮ ਦਾ ਐਟਰੀਬਿਊਟ ਲਿਖ ਕੇ ਦੈਨ ਜੋ ਵੀ ਤੁਸੀਂ ਚਾਹੁੰਦੇ ਆ ਉਹਨੂੰ ਚੇਂਜ ਕਰ ਸਕਦੇ ਆ ਸੋ ਮੈਂ ਇਹਦੇ ਵਿੱਚ ਨੰਬਰਿੰਗ ਹੀ ਚਾਹੁੰਦੀ ਆ ਸੋ ਮੈਂ ਇਹਦੇ ਵਿੱਚ ਕੀ ਸੋ ਜੋ ਕਿ ਬਾਇ ਡਿਫਾਲਟ ਲੱਗੀ ਹੁੰਦੀ ਸੋ ਇਸ ਲਈ ਮੈਂ OL ਲਿਖੂੰਗੀ ਸਿੰਪਲੀ ਸੋ ਇਹਦੇ ਵਿੱਚ ਆ ਗਿਆ ਤਾਂ ਸੋ ਜਿੱਦਾਂ ਕਿ ਹੁਣ ਨੈਕਸਟ ਦੇ ਵਿੱਚ ਕੀ ਹੈ ਕਿ ਮੈਂ ਆਪਣਾ ਜਿਹੜਾ ਕਿ ਆ ਕ੍ਰੀਏਟਿਵ ਜਿਹੜੇ ਮੈਂ ਵਰਕ ਕੀਤਾ ਹੋਇਆ ਉਹ ਦਿਖਾਣਾ ਚਾਹੂੰਗੀ ਸੋ ਉਹਦੇ ਲਈ ਮੈਂ ਇੱਥੇ ਹੈਡਿੰਗ ਲਿਖੂੰਗੀ ਕ੍ਰੀਏਟਿਵ ਵਰਕ ਸੋ ਜੇ ਇਹਦੇ ਵਿੱਚ ਕੀ ਮੈਂ ਆਪਣਾ ਵਰਕ ਦੇ ਵਿੱਚ ਕੀ ਸ਼ੋ ਕਰਵਾਣਾ ਚਾਹੁੰਗੀ ਇਮੇਜਿਸ ਲਗਾਉਣਾ ਚਾਹੁੰਗੀ ਸੋ ਇਮੇਜ ਲਗਾਉਣ ਦੇ ਲਈ ਸਾਡੇ ਕੋਲ ਇੱਥੇ ਟੈਗ ਯੂਜ਼ ਹੁੰਦਾ ਇਮੇਜ ਨਾਮ ਦਾ ਮੀਨਸ ਕਿ ਆਈ ਐਮ ਜੀ ਸੋ ਜਿੱਦਾਂ ਹੀ ਮੈਂ ਆਈ ਐਮ ਜੀ ਲਿਖਿਆ ਜਿੱਦਾਂ ਮੈਂ ਏਂਟਰ ਕੀਤਾ ਪੂਰਾ ਇਹਦਾ ਜਿਹੜਾ ਕਹਿ ਲੋ ਕਿ ਸਿੰਟੈਕਸ ਸਾਨੂੰ ਇੱਥੇ ਲਿਖ ਕੇ ਆ ਜਾਂਦਾ ਸੋ ਜਿਹੜਾ ਵਿਜ਼ੂ ਸਟੂਡੀਓ ਕੋਡ ਆ ਬਹੁਤ ਹੀ ਜ਼ਿਆਦਾ ਬੈਸਟ ਹੈਗਾ ਇਹਦੇ ਵਿੱਚ ਆਟੋ ਕੰਪਲੀਟ ਹੋ ਜਾਂਦਾ ਸਾਡਾ ਜਿਹੜਾ ਜੋ ਵੀ ਆਪਾਂ ਸਿੰਟੈਕਸ ਲਿਖਣਾ ਹੁੰਦਾ ਆ ਸੋ ਮੀਨਸ ਕਿ ਸਾਡਾ ਜਿਹੜਾ ਟਾਈਮ ਬਹੁਤ ਜ਼ਿਆਦਾ ਬਚ ਜਾਂਦਾ ਆ ਸੋ ਜਿੱਦਾਂ ਕਿ ਹੁਣ ਸਾਡੇ ਕੋਲ ਇਮੇਜ ਟੈਗ ਹੋ ਗਿਆ ਇਮੇਜ ਦੇ ਵਿੱਚ ਕੀ ਆ ਗਿਆ ਸਾਡੇ ਕੋਲ ਐਟਰੀਬਿਊਟ ਲਿਖ ਕੇ ਆ ਗਿਆ ਸੋਰਸ ਨਾਮ ਦਾ ਐਸ ਆਰ ਸੀ ਔਰ ਦੈਨ ਆ ਗਿਆ ਸਾਡੇ ਕੋਲ ਆਲਟ ਸੋ ਜਿੱਦਾਂ ਕਿ ਇਥੇ ਸਟਾਰਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਐਚਟੀਐਮਐਲ ਦੇ ਵਿੱਚ ਆਪਾਂ ਇਥੇ ਲੈਂਗ ਨਾਮ ਦਾ ਜਿਹੜਾ ਕਿ ਐਟਰੀਬਿਊਟ ਯੂਜ਼ ਕੀਤਾ ਸੀਗਾ ਸੋ ਇੱਦਾਂ ਹੀ ਸਾਡੇ ਕੋਲ ਹੁਣ ਇਮੇਜ ਟੈਗ ਦੇ ਵਿੱਚ ਕੀ ਆ ਗਿਆ ਸੋਰਸ ਸੋਰਸ ਕੀ ਹੈ ਇੱਕ ਐਟਰੀਬਿਊਟ ਹੈ ਜਿਹਦੇ ਵਿੱਚ ਕੀ ਅਸੀਂ ਦੱਸਣਾ ਹੈ ਕਿ ਇਮੇਜ ਦਾ ਸੋਰਸ ਦੱਸਣਾ ਸੋ ਫਰਸਟਲੀ ਹੁਣ ਸੋਰਸ ਲਈ ਕੀ ਸਾਨੂੰ ਇੱ ਸਾਡੇ ਪ੍ਰੋਜੈਕਟ ਦੇ ਵਿੱਚ ਇਮੇਜਿਸ ਚਾਹੀਦੀਆਂ ਸਾਨੂੰ ਸੋ ਇਮੇਜਿਸ ਦੇ ਲਈ ਆਪਾਂ ਫਸਟਲੀ ਫੋਲਡਰ ਬਣਾਵਾਂਗੇ ਮੈਂ ਬਣਾਇਆ ਇਤੇ ਇਮੇਜਿਸ ਨਾਮ ਦਾ ਸੋ ਡੈਸਕਟਾਪ ਤੇ ਮੇਰੇ ਕੋਲੇ ਦੋ ਇਮੇਜਿਸ ਪਈਆਂ ਆ ਸੋ ਜਿਹਨੂੰ ਮੈਂ ਕਰੂੰਗੀ ਕਾਪੀ ਔਰ ਇਸ ਫੋਲਡਰ ਦੇ ਵਿੱਚ ਮੈਂ ਕੀ ਕਰੂੰਗੀ ਪੇਸਟ ਕਰ ਲੂੰਗੀ ਸੋ ਹੋਣਾ ਪਏ ਵਾਲੀ ਇਮੇਜ ਲਗਾਨੀ ਆ ਸੋ ਇਹਦਾ ਮੈਂ ਕਰ ਲੈਂਦੀ ਆ ਨੇਮ ਕਾਪੀ ਸੋ ਇਥੇ ਕੀ ਜਦੋਂ ਵੀ ਤੁਸੀਂ ਕਹਿ ਲੋ ਕਿ ਇਮੇਜ ਲਗਾਨੀ ਆ ਉਹਦਾ ਸੋਰਸ ਲਿਖ ਰਿਹਾ ਤਾਂ ਬੈਸਟ ਹੈ ਕਿ ਤੁਸੀਂ ਜਿਹੜਾ ਫੋਲਡਰ ਦਾ ਨੇਮ ਪਲੱਸ ਇਮੇਜ ਦਾ ਨੇਮ ਆ ਕਾਪੀ ਕਰ ਲਓ ਸੋ ਇਹਦੇ ਨਾਲ ਕੀ ਹੁੰਦਾ ਕਿ ਸਾਨੂੰ ਜਿਹੜਾ ਇਮੇਜ ਆ ਸਾਡੇ ਜਿਹਦਾ ਕਿ ਮੈਂ ਕਿਹਾ ਕਿ 에ਰਰਸ ਆਂਦੇ ਕਈ ਵਾਰੀ ਸ਼ੋ ਨਹੀਂ ਹੁੰਦੀ ਫਿਰ ਸਾਨੂੰ ਜਿਹੜੀ ਇਮੇਜ ਆ ਉਹ ਕਹਿ ਲਓ ਕਿ ਕੋਈ ਚਾਂਸ ਹੀ ਨਹੀਂ ਕਿ ਸਾਡੀ ਜਿਹੜੀ ਇਮੇਜ ਆ ਨਾ ਸ਼ੋ ਹੋਵੇ ਅਗਰ ਆਪਾਂ ਜਿਹੜਾ ਫੋਲਡਰ ਦਾ ਨਾਮ ਵੀ ਸਾਡਾ ਫਿਰ ਕਰੈਕਟ ਹੀ ਹੋਣਾ ਔਰ ਇਮੇਜ ਦਾ ਨਾਮ ਵੀ ਕਰੈਕਟ ਹੀ ਹੋਣਾ ਕਿਉਂਕਿ ਇਮੇਜ ਦੀ ਕੀ ਕਿਸੇ ਵਾਰ ਐਕਸਟੈਂਸ਼ਨ ਜਿਹੜੀ ਜੇ ਪੀ ਜੀ ਲੱਗੀ ਹੁੰਦੀ ਜਾਂ ਸੋ ਆਪਾਂ ਜੇ ਪੀ ਜੀ ਲਿਖ ਦਿੰਦੇ ਆ ਉਹ ਵੀ ਕਿਹਨ ਲੋਕੇ 에ਰਰ ਹੁੰਦੇ ਫਿਰ ਸਾਨੂੰ ਉਸ ਟਾਈਮ ਪਤਾ ਨਹੀਂ ਲੱਗਦਾ ਕਿ ਇਮੇਜ ਸ਼ੋ ਕਿਉਂ ਨਹੀਂ ਹੋ ਰਹੀ ਸੋ ਇਸ ਚੀਜ਼ ਦਾ ਵੀ ਤੁਸੀਂ ਖਾਸ ਧਿਆਨ ਰੱਖੋ ਕਿ ਜਿਹੜਾ ਫੋਲਡਰ ਦਾ ਨੇਮ ਹੋਰ ਇਮੇਜ ਦਾ ਨੇਮ ਆ ਕਿ ਉਹਨੂੰ ਕਾਪੀ ਕਰ ਲਓ ਜਿਆਦਾ ਵੈਸਟ ਰਹਿੰਦਾ ਹੈ ਜੋ ਇੱਥੇ ਮੈਂ ਹੁੰਦਾ ਨੂੰ ਸ਼ੋ ਕਰਵਾਉਂਦੀ ਕਿ ਸਾਡੀ ਚੈੱਕ ਕਰਦੇ ਆਪਾਂ ਕਿ ਇਮੇਜ ਲੱਗ ਗਈ ਕਿ ਨਹੀਂ ਸੋ ਸਾਡੀ ਜਿਹੜੀ ਇਮੇਜ ਹੈ ਇੱਥੇ ਸ਼ੋ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਆਂ ਸੋ ਇਹਦੇ ਵਿੱਚ ਜਿਹੜਾ ਨੈਕਸ ਸਾਡੇ ਕੋਈ ਕਹਿੰਦਾ ਆ ਆਲਟ ਐਟਰੀਬਿਊਟ ਆਂਦਾ ਸੋ ਆਲਟ ਐਟਰੀਬਿਊਟ ਦੇ ਵਿੱਚ ਕੀ ਹੁੰਦਾ ਕਿ ਆਪਾਂ ਇਮੇਜ ਦੇ ਰਿਲੇਟਡ ਉਹਦਾ ਨੇਮ ਲਿਖਦੇ ਆ ਕਿ ਇਮੇਜ ਕਿਸ ਚੀਜ਼ ਦੇ ਰਿਗਾਰਡਿੰਗ ਹੈ ਕਿ ਸੋ ਜਿੱਦਾਂ ਕਿ ਮੈਂ ਇੱਥੇ ਫਾਰ ਐਗਜ਼ਾਮਪਲ ਲਿਖ ਦਿੰਦੀ ਆ ਵਰਕ ਵਰਕ ਨਾਮ ਦੇ ਰਿਲੇਟ ਆ ਸੋ ਆਲਟ ਕੀ ਹੁੰਦਾ ਜਿਹਦਾ ਬਾਇ ਡਿਫਾਲਟ ਜਿਹਦਾ ਸਾਨੂੰ 에ਰਰ ਆ ਜਾਂਦਾ ਜਿੱਦਾਂ ਮੈਂ ਕਿਹਾ ਕਿ ਇਮੇਜ ਸਾਡੀ ਕਿਸੇ ਟਾਈਮ ਸ਼ੋ ਨਹੀਂ ਹੁੰਦੀ ਸੋ ਆਪਾਂ ਜਿਹਦਾ ਇੱਥੇ ਮੈਂ ਤੇ ਕਹ ਲਓ ਕਿ ਫੋਲਡਰ ਦਾ ਨੇਮ ਆ ਮੈਂ ਉਹਨੂੰ ਰੋਂਗ ਕਰਦੀ ਆਂ ਔਰ ਮੈਂ ਤੁਹਾਨੂੰ ਦਿਖਾਉਂਦੀ ਆਂ ਇੱਥੇ ਆਲਟ ਟੈਗ ਕਿੱਦਾਂ ਆਪਾਂ ਯੂਜ਼ ਹੁੰਦਾ ਸਾਡਾ ਸੋ ਜਿੱਦਾਂ ਕਿ ਕਹ ਲਓ ਇੱਥੇ ਕੀ ਆ ਸਾਡਾ ਇੱਥੇ ਨਾਲ ਜਿੱਦਾਂ ਮੈਂ ਆਲਟ ਦੇ ਵਿੱਚ ਲਿਖਿਆ ਸੀ ਵਰਕ ਸੋ ਤੁਸੀਂ ਦੇਖ ਸਕਦੇ ਇਮੇਜ ਸਾਡੀ ਸ਼ੋ ਨਹੀਂ ਹੋਈ ਔਰ ਇੱਥੇ ਸਾਨੂੰ ਕੀ ਲਿਖ ਕੇ ਆ ਗਿਆ ਵਰਕ ਮੀਨਸ ਕਿ ਜਦੋਂ ਆਪਾਂ ਬਹੁਤ ਸਾਡੀਆਂ ਜਿਹੜਾ ਵੈਬ ਪੇਜ ਬਹੁਤ ਸਾਰੀਆਂ ਇਮੇजेस ਲਗਾਈਆਂ ਹੁੰਦੀਆਂ ਔਰ ਕੋਈ ਇਮੇਜ ਨਹੀਂ ਸ਼ੋ ਹੁੰਦੀ ਫਿਰ ਅਗਰ ਆਪਾਂ ਉਹਦਾ ਆਲਟ ਟੈਗ ਲਿਖਿਆ ਫੇ ਸਾਨੂੰ ਮੀਨਸ ਕਿ ਪਤਾ ਲੱਗ ਜਾਂਦਾ ਕਿ ਕਿਹੜੀ ਵਾਲੀ ਇਮੇਜ ਨਹੀਂ ਸ਼ੋ ਹੋ ਰਹੀ ਸੋ ਇਸ ਤਰ੍ਹਾਂ ਸਾਡਾ ਜਿਹੜਾ ਆਲਟ ਐਟਰੀਬਿਊਟ ਆ ਇਹ ਯੂਜ਼ ਹੋ ਜਾਂਦਾ ਹੈ ਸੋ ਨੈਕਸਟ ਕੀ ਹੈ ਸਾਡੀ ਇਮੇਜ ਹੈ ਜਿਹੜਾ ਸਾਈਜ਼ੇ ਦਾ ਜ਼ਿਆਦਾ ਹੈ ਸੋ ਅਗਰ ਆਪਾਂ ਕੀ ਹੈ ਇਸ ਇਮੇਜ ਦਾ ਸਾਈਜ਼ ਕਰਨਾ ਸੋ ਨੈਕਸਟ ਆਪਾਂ ਇਥੇ ਵਿਡਥ ਨਾਮ ਦਾ ਐਟਰੀਬਿਊਟ ਯੂਜ਼ ਕਰ ਸਕਦੇ ਹਾਂ ਸੋ ਜਿੱਦਾਂ ਕਿ ਮੈਂ ਇਹਦੇ ਵਿੱਚ ਲਿਖਿਆ ਵਿਡਥ ਸੋ ਵਿਡਥ ਦੇ ਵਿੱਚ ਮੈਂ ਇਥੇ ਲਿਖ ਦਿੰਦੀ ਹਾਂ ਇਹਨੂੰ 33.3 ਠੀਕ ਹੈ ਇਹ ਇਮੇਜ ਹੋ ਗਈ ਸੋ ਨੈਕਸਟ ਆਪਾਂ ਹੋਰ ਇਮੇजेस ਲਗਾ ਦਿੰਦੇ ਹਾਂ ਤੇ ਵਿੱਚ ਟੂ ਇਮੇजेस ਲਗਾਣੇ ਆ ਸੋ ਉਹਦੇ ਲਈ ਆਪਾਂ ਕਰਦੇ 50 50 ਲਗਾਉਂਦੇ ਆ ਕਿਉਂਕਿ ਸਾਡੇ ਕੋਈ ਇਮੇजेस ਟੂ ਆ ਸੋ ਇਹਦੇ ਵਿੱਚ ਆਪਾਂ 50 50 ਪਰਸੈਂਟੇਜ ਕਰ ਦਿੰਦੇ ਆ ਸੋ ਆਪਾਂ ਇਮੇਜ ਐਨੂੰ ਚੇਂਜ ਕਰ ਦਿੰਦੇ ਆ ਸੋ ਸਲਡਰ ਨੈਕਸਟ ਸੀਗਾ 3 ਇਮੇਜ ਦਾ ਨੇਮ ਕਾਪੀ ਕੀਤਾ ਸੀ ਸੋ ਦਾਨੇ ਦੇ ਵਿੱਚ ਆਪਾਂ ਲਗਾ ਦਿੱਤਾ ਸੋ ਤੁਸੀਂ ਦੇਖ ਸਕਦੇ ਸਾਡੀ ਜਿਹੜੀ ਇਮੇਜ ਸ਼ੋ ਹੋ ਗਈਆਂ ਬਟ ਇਹਦੇ ਵਿੱਚ ਕੀ ਆਇਆ ਕਿ ਇਮੇਜ ਕਿਉਂਕਿ ਆਪਾਂ ਜਿਹੜੀ ਇਹਦੀ ਵਿਡਥ ਕੀ ਸੀਗੀ ਆਪਾਂ ਕੀ ਕੀਤਾ ਇਹਦੀ ਵਿਡਥ 50 50 ਦੇ ਦੇ ਦਿੱਤੀ ਸੋ ਇਹਦੇ ਵਿੱਚ ਕੀ ਹੁੰਦਾ ਜਿਹੜਾ ਸਾਡਾ ਫਰਸਟਲੀ ਕੀ ਹੈ ਵੈਬ ਪੇਜ ਆ ਨਾ ਇਹ ਵਾਲਾ ਜਿਹੜਾ ਸਾਡਾ ਸ਼ੋ ਹੋ ਰਿਹਾ ਇਹਦੀ ਵਿਡਥ ਕਿੰਨੀ ਹੁੰਦੀ 100 ਪਰਸੈਂਟੇਜ ਹੁੰਦੀ ਹੈ ਇਹ ਜੋ ਸ਼ੋ ਹੋ ਰਿਹਾ ਇੰਨਾ ਵੱਡਾ ਇਹ ਸਾਡਾ ਵੈਬ ਪੇਜ ਮੀਨਸ ਕਿ ਇਹਦੀ ਵਿਡਥ ਜਿਹੜੀ ਵਾਈ ਡਿਫਾਲਟ ਕੀ ਹੈ 100 ਪਰਸੈਂਟ ਹੁੰਦੀ ਸੋ ਆਪਾਂ ਕੀ ਇਮੇਜਸ ਲਗਾਉਣਾ ਚਾਹੁੰਦੇ ਸੋ ਇਹ ਵਾਲੀ ਇਮੇਜ ਮੈਂ ਇੱਥੇ ਨਾਲ ਲਗਾਉਣਾ ਚਾਹੁੰਦੀ ਸੀ ਸੋ ਮੈਂ ਕੀ ਕੀਤਾ ਜਿਹੜੀ ਸਾਡੀ 100 ਪਰਸੈਂਟ ਵਿਡਥ ਸੀਗੀ ਉਹਨੂੰ ਡਿਵਾਈਡ ਕਰ ਦਿੱਤਾ ਮੀਨਸ ਕਿ ਇਮੇਜ ਜਾਈ ਆ ਗਈ ਫਿਰ ਅਗੇਨ ਸੋ ਇਹ ਕੀ ਸਾਨੂੰ ਇਦਾਂ ਦਾ 에ਰਰ ਆ ਜਾਂਦਾ ਕਈ ਵਾਰੀ ਜਦੋਂ ਆਪਾਂ ਇਮੇਜਸ ਲਗਾਉਨੇ ਆ ਸੋ ਅਗਰ ਆਪਾਂ ਚਾਹਦੇ ਕਿ ਇਮੇਜ ਸਾਡੀ ਨਾਲ ਹੀ ਆਵੇ ਫਿਰ ਆਪਾਂ ਇਹ ਕਰਨੇ ਨੂੰ 1 ਲਾਈਨ ਦੇ ਵਿੱਚ ਲਿਖ ਦੇਣਾ ਮੀਨਸ ਕਿ ਕੋਈ ਵੀ ਦੋਨੋਂ ਟੈਗ ਦੇ ਵਿੱਚ ਕੋਈ ਸਪੇਸ ਨਹੀਂ ਪਾਣੀ ਸੋ ਇਹ ਕੀ ਹੁੰਦੀ ਹੈ ਫਿਰ ਸਾਡੀਆਂ 1 ਲਾਈਨ ਦੇ ਵਿੱਚ ਦੋਨੋਂ ਇਮੇਜਸ ਸ਼ੋ ਹੋ ਜਾਣੀਆਂ ਸੋ ਤੁਸੀਂ ਦੇਖ ਸਕਦੇ ਕਿ ਦੋਨੋਂ ਇਮੇਜ ਜਿਹੜੀਆਂ ਸਾਡੀਆਂ 1 ਲਾਈਨ ਦੇ ਵਿੱਚ ਆ ਗਈਆਂ ਔਰ ਸ਼ੋ ਹੋ ਗਈਆਂ ਸੋ ਇਹ ਸਾਡਾ ਹੁਣ ਤੱਕ ਜਿਹੜਾ ਆਪਾਂ ਬਣਾ ਰਹੇ ਆ ਸਾਡਾ ਵੈਬ ਪੇਜ ਬਣ ਰਿਹਾ ਆ ਸੋ ਇਹ ਇਮੇਜਿਸ ਵੀ ਜਿਹੜੀਆਂ ਬਹੁਤ ਈਜ਼ੀਲੀ ਤੁਸੀਂ ਲਗਾ ਸਕਦੇ ਜਿੱਦਾਂ ਕਿ ਆਪਾਂ ਹੁਣ ਤੱਕ ਲਗਾਈਆਂ ਜਾਂ ਇਮੇਜ ਟੈਗ ਦੇ ਨਾਲ ਸੋ ਨੈਕਸਟ ਕੀ ਹੈ ਨੈਕਸਟ ਆਪਾਂ ਜਿੱਦਾਂ ਕਹਿ ਲੋ ਕਿ ਹੁਣ ਮੈਂ ਇੱਥੇ ਸ਼ੋ ਕਰਵਾਉਣਾ ਚਾਹੁੰਦੀ ਆ ਹੁਣ ਲਾਸਟ ਦੇ ਵਿੱਚ ਮੈਂ ਕੀ ਹੈ ਫੂਟਰ ਜਿੱਦਾਂ ਕਿ ਬਣਾਉਣਾ ਜੋ ਚੀਜ਼ ਆਪਾਂ ਇੱਥੇ ਲਾਸਟ ਦੇ ਵਿੱਚ ਲਿਖੀ ਹੁੰਦੀ ਆ ਸੋ ਉਸ ਚੀਜ਼ ਨੂੰ ਆਪਾਂ ਬੋਲਦੇ ਆ ਫੂਟਰ ਸੋ ਜਿੱਦਾਂ ਕਿ ਇਹਦੇ ਵਿੱਚ ਵੀ ਕੀ ਹੈ ਇਹਨਾਂ ਨੇ ਆ نیچے ਇੱਥੇ ਲਿਖਿਆ ਹੋਇਆ ਇਹ ਵੀ ਕੀ ਹੈਗਾ ਸਾਡਾ ਇੱਕ ਫੂਟਰ ਬਣਿਆ ਆ ਸੋ ਇਹਦੇ ਵਿੱਚ ਹੁਣ ਮੈਂ ਕੀ ਬਣਾਉਂਗੀ ਜਿੱਦਾਂ ਮੈਂ ਕੀ ਲਿਖ ਦਿੱਤਾ ਪੀ ਦੇ ਠਾਕ ਦੇ ਅੰਦਰ ਲਿਖਿਆ ਇਹ ਮੈਂ Designed by डिजाय बाय बस मैं इन्ना लिख देता, दिता पीटैक अंडर लिख देता, ये वेबसाइट मीनस के डिजाइंड की बाय बानी बानी दे द्वारा ਸੋ ਇਹ ਤੁਸੀਂ ਦੇਖ ਸਕਦੇ ਇੱਕ ਸਾਡਾ ਬਹੁਤ ਹੀ ਸਿੰਪਲ ਜਿਹਾ ਆਪਾਂ ਇੱਕ ਜਿਹੜਾ ਕਿ ਕਹ ਲਓ ਵੈਬ ਪੇਜ ਕ੍ਰੀਏਟ ਕੀਤਾ ਜਸਟ HTML ਲੈਂਗੁਏਜ ਨੂੰ ਯੂਜ਼ ਕਰਕੇ HTML ਨੂੰ ਯੂਜ਼ ਕਰਕੇ ਕੁਝ ਆਪਾਂ ਟੈਗਸ ਯੂਜ਼ ਕੀਤੇ ਹੈ ਇੰਟਰੋਡਕਸ਼ਨ ਲਈ ਜੇ ਕਿ ਟੈਗਸ ਹੁੰਦੇ ਕੀ ਹੈ ਕੀ ਹੁੰਦੀ ਹੈ HTML ਸੋ ਆਪਾਂ ਇਹ ਕਿਤੇ ਗਿਆ ਪੇਜ ਕ੍ਰੀਏਟ ਕੀਤਾ ਸੋ ਇਦਾਂ ਹੀ ਹੋਰ ਵੀ ਬਹੁਤ سارے ਟੈਗਸ ਹੈਗੇ ਜਿਨ੍ਹਾਂ ਨੂੰ ਆਪਾਂ ਯੂਜ਼ ਕਰਾਂਗੇ ਇਸੇ ਹੀ ਪੇਜ ਦੇ ਵਿੱਚ ਮੈਂ ਤੁਹਾਨੂੰ ਯੂਜ਼ ਕਰਕੇ ਦੱਸੂਗੀ ਕਿ ਕਿੱਦਾਂ ਤੁਸੀਂ ਹੋਰ ਜਿਹੜੇ ਕਿ ਹੈਗੇ ਟੈਗਸ ਨੂੰ ਯੂਜ਼ ਕਰ ਸਕਦੇ ਆ ਸੋ ਇਹ ਜਿਹੜਾ ਕਿ ਸੀਗਾ ਸਾਡਾ ਵੀਡੀਓ ਸੀਗੀ ਵੀਡੀਓ ਦਾ ਪਾਰਟ 1 ਸੀਗਾ ਸੋ ਇਹਦੇ ਵਿੱਚ ਮੈਂ ਤੁਹਾਨੂੰ ਜਸਟ ਅੱਜ ਇ ਨਸੇਗਾ ਸੋ ਨੈਕਸਟ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਦੱਸੂਗੀ ਸੋ ਨੈਕਸਟ ਵੀਡੀਓ ਦੇਖਣ ਦੇ ਲਈ ਡੋਨਟ ਫੋਰਗੇਟ ਟੂ ਫੋਲੋ ਮੀ ਥੈਂਕ ਯੂ